ਜਿਨ੍ਹਾਂ ਤੇ ਨਜ਼ਰੇ ਕਰਮ ਕੀਤਾ, ਰਹਿਮਤ ਕੀਤਾ ਵੀ ਸਤ ਸੰਗ ਦੀਆਂ ਘੜੀਆਂ ਦੇ ਵਿੱਚ ਚੌਂਕੜੀ ਮਾਰ ਕੇ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਤੋ ਇਸ ਸਮੇਂ ਨੂੰ ਸਫਲਿਆਂ ਬਣਾਉਂਦਿਆਂ ਹੋਇਆਂ ਫਤਿਹ ਦਾ ਯੋਗ ਉੱਤਰ ਦੇ ਕੇ ਸਰਬੱਤ ਮਾਈ ਭਾਈ ਧੰਨਵਾਦੀ ਬਣਾਉਂਦੇ ਹੋਏ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦੋ ਬੇਨਤੀਆਂ ਜ਼ਰੂਰੀ ਕਰਨੀਆਂ ਲੋਚਦਾ, ਜਿਨ੍ਹਾਂ ਦੀ ਯਾਦ ਅੰਦਰ ਤੁਸੀਂ ਬੈਠੇ ਉਹਨਾਂ ਇੱਥੇ ਇੱਕ ਸਵਾਲੀਆ ਚਿੰਨ੍ਹ ਹੈ ਵੀ ਕਿਉਂ ਬੈਠੇ ਹੋ ਤੁਸੀਂ, ਅਤੇ ਤੁਸੀਂ ਕਹੋਗੇ ਵੀ ਉਹਨਾਂ ਦੀ ਬੰਦਗੀ, ਉਹਨਾਂ ਦੀ ਇਬਾਦਤ, ਉਹਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ। ਉਹਨਾਂ ਦੇ ਕੱਢੇ ਹੋਏ ਜ਼ੁਬਾਨ ਤੋਂ ਬੋਲ ਪੂਰੇ ਹੁੰਦੇ ਸੀ, ਕਿਉਂ ਮੇਰੇ ਵਰਗੇ ਦੇ ਕਿਉਂ ਨਹੀਂ ਹੁੰਦੇ? ਬਾਬਾ ਸੁੰਦਰ ਸਿੰਘ ਜੀ ਦੀ ਪਾਵਨ ਰਸਨਾ ਤੋਂ ਨਿਕਲਿਆ ਹੋਇਆ ਬੋਲ ਕਿਉਂ ਸੱਚਾ ਹੁੰਦਾ? ਇਹ ਜੇ ਤੁਸੀਂ ਚਾਹੋ ਵੀ ਤੁਹਾਡੇ ਵੀ ਬੋਲ ਸੱਚੇ ਹੋਣ ਤੇ ਹੋ ਸਕਦੇ ਨੇ, ਪਰ ਉਹਦੇ ਵਿੱਚ ਇੱਕ ਕੰਮ ਕਰਨਾ ਪਊਗਾ ਉਹਦੇ ਵਾਸਤੇ। ਉਹਦੇ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਇੱਕ ਕਾਰਜ ਕਰ, ਤੇਰੀ ਜ਼ੁਬਾਨ ਤੋਂ ਨਿਕਲਿਆ ਹਰ ਸ਼ਬਦ ਪੂਰਾ ਹੋਵੇਗਾ, ਜਿਹੜਾ ਬਚਨ ਕੱਢੇਗਾ ਉਹੋ ਹੀ ਪੂਰਾ ਹੋਵੇਗਾ। ਤੇ ਮਹਾਰਾਜ ਉਹਦੇ ਵਾਸਤੇ ਕੀ ਕਰੀਏ ਵੀ ਅਸੀਂ ਵੀ ਬਾਬਾ ਸੁੰਦਰ ਸਿੰਘ ਵਰਗੇ ਬਣ ਜਾਈਏ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ, ਕੁਝ ਦੱਸੋ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮਨ ਸੱਚਾ, ਆਪਣੇ ਮਨ ਨੂੰ ਪਹਿਲੋਂ ਸੱਚਾ ਕਰ, ਮਨ ਨੂੰ ਸੱਚਾ, ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਣ ਕੋਏ, ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਏ। ਤਿੰਨ ਕੰਮ ਕਰ ਲਾ, ਇੱਕ ਤੇ ਜ਼ੁਬਾਨ ਤੇ ਲਿਆ ਸੱਚ, ਮਨ ਨੂੰ ਰੱਖ ਸ਼ੁੱਧ, ਤੇ ਦੂਜਾ ਇੱਕ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਤੋਂ ਮਹਾਰਾਜ ਤੋਂ ਬਗੈਰ ਹੋਰ ਕਿਤੇ ਮੜੀ ਮੱਠ ਤੇ ਜਾ ਕੇ ਮੱਥਾ ਨਾ ਟੇਕ, ਤੇਰੀ ਜ਼ੁਬਾਨ ਤੋਂ ਨਿਕਲਿਆ ਹਰ ਸ਼ਬਦ ਪੂਰਾ ਹੋਵੇਗਾ। ਇਹ ਮੈਂ ਨਹੀਂ ਕਹਿੰਦਾ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ। ਉਹ ਬਾਬਾ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਬਚਨ ਕਮਾਏ, ਜਿਨ੍ਹਾਂ ਦੀ ਯਾਦ ਤੁਸੀਂ ਹਰ ਸਾਲ ਮਨਾਉਂਦੇ ਹੋ, ਇੱਥੇ ਕੀਤੀ ਹੋਈ ਹਰ ਅਰਦਾਸ ਬੇਨਤੀ ਪੂਰੀ ਹੋਈ, ਇਹਦਾ ਮਤਲਬ ਵੀ ਇੱਥੇ ਜਪਿਆ ਉਹਨਾਂ ਨੇ, ਇੱਥੇ ਗੁਰੂ ਦੀ ਆਰਾਧਨਾ ਕੀਤੀ ਹੈ, ਇੱਥੇ ਬਹਿ ਕੇ ਚੌਂਕੜਾ ਮਾਰ ਕੇ ਉਹਨਾਂ ਨੇ ਪੜਿਆ ਵੀ ਮੇਰੀ ਬਾਂਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਏ ਬੰਧ ਹੈ, ਤੋਫੁਨ ਮੋਪੈ ਜਵਾਬ ਨਾ ਹੋਏ। ਇਹ ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ, ਜਿਨ੍ਹਾਂ ਦੇ ਵੱਡੇ ਭਾਗ ਹੋਣ ਉਹਨਾਂ ਦੇ ਨਾਮ ਦੇ ਨਾਲ ਲੱਗਦਾ ਸੰਤ, ਮਹਾਂਪੁਰਖ, ਬ੍ਰਹਮ ਗਿਆਨੀ, ਤਤ ਬੇਤਾ, ਬੰਦਗੀ ਵਾਲੀ ਆਤਮਾ, ਉਹਨਾਂ ਦੇ ਨਾਮ ਦੇ ਨਾਲ ਲੱਗਦਾ ਜਿਨ੍ਹਾਂ ਨੇ ਗੁਰੂ ਦੇ ਸਾਕਸ਼ਾਤ ਦਰਸ਼ਨ ਕੀਤੇ ਹੋਣ। ਦਰਸ਼ਨ ਤੋਂ ਸਤਿਗੁਰੂ ਮਹਾਰਾਜ ਕਿਰਪਾ ਕਰੇ, ਸਾਡੀ ਭਾਵਨਾ ਬਣ ਜਾਵੇ, ਸਾਡਾ ਮਨ ਜੁੜ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਆਓ ਇੱਕ ਉਦਾਹਰਨ ਤੁਹਾਡੀ ਖਿਦਮਤ ਵਿੱਚ ਰੱਖ ਕੇ, ਫਿਰ ਜੋ ਮੈਨੂੰ ਇਹਨਾਂ ਵੀਰਾਂ ਨੇ ਹੁਣ ਆਣ ਕੇ ਇੱਥੇ ਪਾਬੰਦ ਕਰ ਦਿੱਤਾ, ਉਹ ਮਜ਼ਮੂਨ ਕਹਿਣਾ ਜੋ ਵੀਰਾਂ ਨੇ ਹੁਕਮ ਲਗਾਇਆ ਪ੍ਰਬੰਧਕ ਜਨਾਂ ਨੂੰ। ਇੱਕ ਮਿੰਟ ਵਾਸਤੇ ਬੇਨਤੀ ਲੈ ਕੇ ਮੈਂ ਤੁਹਾਡੇ ਚਰਨਾਂ 'ਚ ਆਇਆ ਵੀ ਧਿਆਨ ਦੇ ਨਾਲ ਜਿਹੜਾ ਸਰਵਣ ਕਰਨਾ ਵੀ ਰੱਬ ਨਾਲ ਜੁੜਿਆ ਕਿਵੇਂ ਜਾਂਦਾ। ਰੱਬ ਇਹ ਨਹੀਂ ਕਹਿੰਦਾ ਵੀ ਤੂੰ ਬੜੇ ਸੋਹਣੇ ਕੱਪੜੇ ਪਾ ਕੇ ਚੌਂਕੜਾ ਮਾਰੇਗਾ ਮੈਂ ਫਿਰ ਤੈਨੂੰ ਮਿਲੂ, ਨਾ। ਰੱਬ ਇਹ ਵੀ ਨਹੀਂ ਕਹਿੰਦਾ ਵੀ ਤੂੰ ਘਰੋਂ ਛੱਡ ਕੇ ਜੰਗਲਾਂ ਵਿੱਚ ਚੱਲਿਆ ਜਾਵੇਂ, ਨਿਆਣੇ ਤੇਰੇ ਭੁੱਖੇ ਮਰਨ, ਤੈਨੂੰ ਤਾਂ ਮਿਲੂ, ਤਾਂ ਵੀ ਨਹੀਂ ਰੱਬ ਮਿਲਦਾ। ਰੱਬ ਇਹ ਵੀ ਨਹੀਂ ਕਹਿੰਦਾ ਵੀ ਤੂੰ ਪੈਰਾਂ ਤੋਂ ਜੋੜਾ ਲਾ ਕੇ ਕਠਨ ਬੰਦਗੀ ਕਰ, ਧੂਣੀਆਂ ਤਪਾ, ਰੱਬ ਕਹਿੰਦਾ ਇਹ ਵੀ ਮੈਨੂੰ ਮਨਜ਼ੂਰ ਨਹੀਂ। ਹੱਠ ਕਰ ਮਰਿਆ ਨਾ ਲੇਖੈ ਪਾਵੈ, ਹੱਠ ਕੀਤਿਆਂ ਰੱਬ ਨਹੀਂ ਮਿਲਦਾ, ਹੱਠ ਕੀਤਿਆਂ ਰੱਬ ਮਿਲਣਾ ਹੁੰਦਾ ਤੇ ਚਮਗਿੱਦੜ ਨੂੰ ਬੜੇ ਚਿਰ ਦਾ ਮਿਲ ਜਾਂਦਾ ਜਿਹੜਾ ਲਟਕੇ ਪੁੱਠਾ ਰਹਿੰਦਾ, ਹੱਠ ਕਰਕੇ ਰੱਬ ਨਹੀਂ ਮਿਲਦਾ। ਆ ਤੁਸੀਂ ਕਈ ਵੇਖੋਗੇ ਤੀਰਥਾਂ ਨੂੰ ਜਾਂਦੇ ਨੇ, ਉਹ ਲੰਮੇ ਪੈਂਦੇ, ਅਗਲੇ ਬੰਨੇ ਉਹਦੇ ਨਿਸ਼ਾਨੀ ਲਾਉਂਦਾ, ਉਦੋਂ ਗਾੜੀ ਉਹ ਫਿਰ ਜਾ ਕੇ ਲੰਮੇ ਪੈਂਦਾ।
ਜੇ ਇਤਰਾ ਰੱਬ ਮਿਲਣਾ ਹੁੰਦਾ ਤੇ ਸੱਪ ਨੂੰ ਬੜੇ ਚਿਰ ਦਾ ਮਿਲ ਜਾਂਦਾ, ਬਹੁਤ ਚਿਰ ਦਾ ਸੱਪ ਨੂੰ ਰੱਬ ਮਿਲ ਜਾਂਦਾ। ਇੱਥੇ ਸ਼ਬਦ ਦੇ ਅਰਥ ਅਸੀਂ ਗਲਤ ਕੱਢ ਲੈ, ਜਿਹੜੇ ਆਪਾਂ ਪੜ੍ਹਦੇ ਡੰਡੋਤ ਬੰਧਨ ਅਨਕਬਾਰ ਸਰਬ ਕਲਾ ਸਮਰਥ, ਇੱਥੇ ਅਸੀਂ ਇਹਦੇ ਅਰਥ ਗਲਤ ਕੀਤੇ। ਡੰਡੋਤ ਦਾ ਮਤਲਬ ਹੈ ਰੱਬ ਦੇ ਗੜੀ ਅਰਦਾਸ, ਬੇਨਤੀ ਕਰਨੀ। ਕਹਿੰਦੇ ਜੀ ਡੰਡੇ ਵਾਂਗਰ ਸਿੱਧੇ ਹੋ ਕੇ, ਡੰਡੇ ਵਾਂਗਰ ਸਿੱਧੇ ਜਿਸਮ ਦੀ ਗੱਲ ਨਹੀਂ ਇੱਥੇ, ਇੱਥੇ ਗੱਲ ਮਨ ਦੀ ਕੀਤੀ ਹੈ। ਮਨ ਆਪਣੇ ਮਨ ਦੇ ਵਿੱਚੋਂ ਵਲ ਕੱਢ, ਇਹਨੂੰ ਡੰਡੇ ਵਰਗਾ ਸਿੱਧਾ ਕਰ ਲੈ, ਰੱਬ ਦੇ ਦੁਆਰ ਤੱਕ ਜਾਵੇਗਾ। ਇੱਥੇ ਜਿਸਮ ਦੀ ਗੱਲ ਨਹੀਂ ਕੀਤੀ ਮਹਾਰਾਜ। ਤੇ ਜੇ ਤੁਸੀਂ ਕਹੋ ਵੀ ਕੀਤੀ ਹੈ, ਇੱਕ ਬੰਨੇ ਤੇ ਮੇਰਾ ਮਹਾਰਾਜ ਕਹਿੰਦਾ ਵੀ ਹੱਠ ਕੀਤਿਆਂ ਰੱਬ ਨਹੀਂ ਮਿਲਦਾ, ਤੇ ਦੂਜੇ ਬੰਨੇ ਰੱਬ ਆਪੇ ਕਹਿੰਦਾ ਵੀ ਤੂੰ ਡਾਂਗ ਵਾਂਗੂ ਸਿੱਧਾ ਲੰਮਾ ਪੈ, ਫਿਰ ਤੈਨੂੰ ਰੱਬ ਮਿਲੇਗਾ। ਇੱਥੇ ਮਨ ਨੂੰ ਸਿੱਧੇ ਕਰਨ ਦੀ ਗੱਲ ਹੈ, ਜਿਸਮ ਦੀ ਗੱਲ, ਸਰੀਰ ਦੀ ਗੱਲ ਨਹੀਂ। ਇੱਕ ਛੋਟੇ ਜਿਹੇ ਬੱਚੇ ਦੇ ਮਨ ਵਿੱਚ ਆ ਗਿਆ ਖਿਆਲ ਵੀ ਰੱਬ ਪਾਉਣਾ, ਰੱਬ ਵੇਖਣਾ ਰੱਬ। ਤੇ ਛੋਟੇ ਜਿਹੇ ਬੱਚੇ ਦਾ ਦੁਨੀਆਂ ਤੇ ਹੈ ਕੋਈ ਨੀ, ਚਾਚਿਆਂ ਤਾਇਆਂ ਨੇ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਜਿੱਦਣ ਮਾਈ ਬਾਪ ਮਰ ਗਿਆ, ਪਿਓ ਮਰ ਗਿਆ ਨਾ, ਜਿੱਦਣ ਬੇਬੇ ਮਰ ਗਈ ਵਿਚਾਰੇ ਦੀ, ਚਾਚਿਆਂ ਤਾਇਆਂ ਨੇ ਕੱਢੇ ਮਾਰਿਆ ਧੱਕੇ, ਉਹਨੂੰ ਕੱਢ ਦਿੱਤਾ ਘਰੋਂ। ਉਹਦੇ ਕੋਲ ਵਿਚਾਰੇ ਦੇ ਥੋੜੀਆਂ ਜਿਹੀਆਂ ਭੇਡਾਂ ਬੱਕਰੀਆਂ ਤੇ ਉਹ ਲੈ ਕੇ ਚੜ ਗਿਆ ਵਿਚਾਰਾ ਇੱਕ ਪਹਾੜੀ ਤੇ, ਨਿੱਕੀ ਜੀ ਪਾਲੀ ਛੰਨ। ਜਦੋਂ ਸੁਰਤ ਸੰਭਲੀ ਨਾ ਥੋੜੀ ਬਹੁਤੀ, ਇੱਕ ਮਨ ਵਿੱਚ ਖਿਆਲ ਆਇਆ, ਰੋਜ਼ ਲਾਗੋਂ ਦੀ ਘੋੜੇ ਤੇ ਬਹਿ ਕੇ ਇੱਕ ਬੰਦਾ ਲੰਘਦਾ, ਘੋੜੇ ਤੇ ਬਹਿ ਕੇ, ਤੇ ਘੋੜੇ ਤੇ ਬੈਠਾ ਬੈਠਾ ਪਤਾ ਕੀ ਕਹਿੰਦਾ, ਐ ਮੌਲਾ, ਐ ਖਲਕਤ ਨੂੰ ਸਾਜਣ ਵਾਲੇ ਖਾਲਕ, ਮੈਨੂੰ ਦੀਦਾਰ ਦੇ, ਮੈਨੂੰ ਦੀਦਾਰ ਦੇ, ਮੈਨੂੰ ਤੇਰੇ ਦੀਦਾਰਾਂ ਦੀ ਤਲਬ ਹੈ, ਮੈਨੂੰ ਦੀਦਾਰ ਦੇ। ਇਸ ਤਰ੍ਹਾਂ ਕਰਕੇ ਘੋੜੇ ਤੇ ਬੈਠਾ ਲੰਘ ਜਾਂਦਾ, ਨਿੱਕਾ ਜਿਹਾ ਮੁੰਡਾ ਰੋਜ਼ ਸੁਣਦਾ। ਉਹਨੇ ਇੱਕ ਦਿਨ ਪੁੱਛਿਆ, ਕਹਿਣ ਲੱਗਾ ਵੀ ਉਹ ਖਲਕਤ ਨੂੰ ਸਜਾਉਣ ਵਾਲਾ ਖਾਲਕ ਕੌਣ ਹੈ? ਘੋੜੇ ਤੇ ਬੈਠੇ ਨੇ ਆਖਿਆ, ਅੱਲਾ ਪਾਕ, ਉਹ ਖੁਦਾ, ਉਹ ਰੱਬ, ਉਹ ਪਰਮਾਤਮਾ। ਨਿੱਕੇ ਜਿਹੇ ਬੱਚੇ ਨੇ ਪਹਾੜੀ ਤੇ ਸੋਚਿਆ, ਕਹਿੰਦਾ ਵੀ ਆਹ ਪੰਜ ਸੱਤ ਭੇਡਾਂ ਬੱਕਰੀਆਂ ਚਾਰਦਾ ਬਾਬਾ ਮਰ ਗਿਆ, ਪਿਤਾ ਮਰ ਗਿਆ, ਮਾਂ ਵਿਚਾਰੀ ਰੋਟੀ ਪਾਣੀ ਪਕਾਉਂਦੀ ਮਰ ਗਈ, ਤੂੰ ਵੀ ਇਸ ਤਰ੍ਹਾਂ ਮਰ ਜਾਵੇਂਗਾ। ਇੱਕ ਵਾਰੀ ਉੱਤਰ ਪਹਾੜੀ ਤੋਂ ਥੱਲੇ, ਇਹ ਜਿਹੜੀ ਖਲਕਤ ਬਣਾਈ ਹੈ ਨਾ, ਇੱਕ ਵਾਰੀ ਉਹ ਖਲਕਤ ਦੇ ਦਰਸ਼ਨ ਤੇ ਕਰ ਜਾ ਕੇ। ਉਹ ਜਦੋਂ ਪਹਾੜੀ ਤੋਂ ਥੱਲੇ ਉਤਰਿਆ ਤੇ ਇੱਕ ਵੜਿਆ ਬਾਜ਼ਾਰ ਵਿੱਚ ਲੱਗਾ, ਵੜਨ ਤੇ ਆਕਾਈ ਮਸਜਿਦ ਮਸੀਤ, ਉਹਦੀਆਂ ਪੌੜੀਆਂ ਤੇ ਝੁੱਕ ਕੇ ਲੱਗਾ ਸਜਦਾ ਕਰਨ। ਅੰਦਰਲੇ ਪਾਸਿਓਂ ਕਾਜੀ ਨਿੱਕੇ ਨਿੱਕੇ ਬੱਚਿਆਂ ਨੂੰ ਤਾਲੀਮ ਦੇ ਰਿਹਾ, ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾ ਰਿਹਾ, ਤੇ ਕਾਜੀ ਨੇ ਤਿੰਨ ਗੱਲਾਂ ਬੱਚਿਆਂ ਨੂੰ ਕਹੀਆਂ, ਤਿੰਨ ਗੱਲਾਂ। ਆ ਹੁਣ ਸਾਡਾ ਪਤਾ ਬੇੜਾ ਕਿਵੇਂ ਗਰਕ ਹੁੰਦਾ, ਆਸਟ੍ਰੇਲੀਆ ਕੈਨੇਡਾ ਜਾਇਓ, ਉਹ ਛੇਵੀਂ ਸੱਤਵੀਂ ਕਲਾਸ ਤੱਕ ਕਿਤਾਬ ਨਹੀਂ ਦਿੰਦੇ ਬੱਚੇ ਨੂੰ, ਤੁਹਾਨੂੰ ਪਤਾ ਹੋਵੇਗਾ। ਉਹ ਬੋਝ ਨਹੀਂ ਪਾਉਂਦੇ ਤੁਹਾਡੇ ਬੱਚੇ ਦੇ ਉੱਪਰ, ਪਤਾ ਉਹ ਸਕੂਲਾਂ 'ਚ ਕੀ ਪੜ੍ਹਾਉਂਦੇ ਨੇ? ਉਹ ਦੁਨੀਆਂ 'ਚ ਵਿਚਰਨਾ, ਤੁਹਾਨੂੰ ਹਿਸਾਬ ਕਿਤਾਬ ਕਰਨਾ, ਦੁਨੀਆਂ 'ਚ ਰਹਿਣਾ ਕਿਵੇਂ ਹੈ। ਤੁਹਾਡੇ ਬੱਚੇ ਨੂੰ 14-15 ਸਾਲ ਦੀ ਉਮਰ ਤੱਕ ਉਹ ਸਮਾਜ ਵਿੱਚ ਵਿਚਰਨਾ ਸਮਝਾਉਂਦੇ, ਤੇ ਸਾਡੇ ਨੂੰ ਸਮਝਾਇਆ ਜਾਂਦਾ ਊੜਾ ਊਠ ਐੜਾ ਅੰਬ ਈੜੀ ਏਟੇ ਕਿਹੇ ਕੰਮ ਆਉਂਦੀਆਂ ਤੁਹਾਡੇ ਤੁਹਾਡੇ ਬੱਚੇ ਨੇ ਤੇ ਬਣਨਾ ਇੰਜੀਨੀਅਰ, ਉਹਨੂੰ ਊੜੇ ਊਠ ਊੜੇ ਬੋਤੇ ਨਾ ਕੀ ਲੱਗੇ। ਇਹ ਪੜ੍ਹਾਈ ਹੈ ਪੰਜਾਬ ਦੀ, ਪਰ ਇਹਦੇ ਨਾਲ ਸਾਡਾ ਲੈਣਾ ਦੇਣਾ ਕੁਝ ਨਹੀਂ। ਤੁਸੀਂ ਕਹੋਗੇ ਬੱਚੇ ਨੂੰ ਪਤਾ ਕਿਵੇਂ ਲੱਗੇਗਾ ਵੀ ਊੜਾ ਊਠ ਹੀ ਹੁੰਦਾ ਹੈ, ਐੜਾ ਅੰਬ ਹੀ ਹੁੰਦਾ ਹੈ? ਇੱਥੇ ਮੈਂ ਬੇਨਤੀ ਕਰਦਾ, ਊੜੇ ਤੋਂ ਬਹੁਤ ਕੁਝ ਬਣਦਾ, ਐੜੇ ਤੋਂ ਬਹੁਤ ਕੁਝ ਬਣਦਾ, ਪਰ ਬੁੱਧੂ ਬਣਾਉਣ ਵਾਸਤੇ ਸਾਨੂੰ ਇਹ ਚੀਜ਼ਾਂ ਪੜ੍ਹਾਈਆਂ ਗਈਆਂ। ਤੁਹਾਡੇ ਬੱਚੇ ਨੂੰ ਸਮਝਾਇਆ ਜਾਂਦਾ ਤੀਜੀ ਕਲਾਸ ਵਿੱਚ ਵੀ ਬੇਟਾ ਬੈਂਕ ਵਿੱਚ ਕਿਹੜੇ ਕਿਹੜੇ ਤਰੀਕੇ ਦੇ ਨਾਲ ਕਿਵੇਂ ਕਿਵੇਂ ਪੈਸੇ ਜਮ੍ਹਾਂ ਹੁੰਦੇ ਨੇ, ਕਿਵੇਂ ਕਿਵੇਂ ਪੈਸੇ ਨਿਕਲਦੇ ਨੇ, ਤੁਸੀਂ ਕਿੰਨੀ ਆਰਜੂ ਵਿੱਚ ਕਿਹੜਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਕਿੰਨੀ ਆਰਜੂ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਇਹ ਤੁਹਾਡਿਆਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਨਹੀਂ ਪੜ੍ਹਾਇਆ ਜਾਣਾ। ਉਹਦਾ ਕਾਰਨ ਇਹ ਕਿ
ਤੁਹਾਡੇ ਬੱਚੇ ਜੇ ਕਿਤੇ ਜਨਮ ਤੋਂ ਸੂਝ ਬੂਝ ਵਾਲੇ ਹੋ ਗਏ, ਉਹਨਾਂ ਨੂੰ ਜੇ ਕਿਤੇ ਹਿਸਾਬ ਕਿਤਾਬ ਦਾ ਪਤਾ ਲੱਗ ਗਿਆ, ਕਿਤੇ ਸਿਆਸੀ ਪੱਖ ਦਾ ਪਤਾ ਲੱਗ ਗਿਆ, ਸਾਡੇ ਥੱਲਿਓਂ ਕਿਤੇ ਕੁਰਸੀ ਨਾ ਧੋ ਕੇ ਰੱਖ ਦੇਣ। ਇਸ ਕਰਕੇ ਤੁਹਾਨੂੰ ਪੜਾਇਆ ਉਰਾ ਉਠਾ ਤੋ ਸਨਮਾਨ ਜੋ ਖਾਲਸਾ ਜੀ। ਉਹ ਛੋਟਾ ਜਿਹਾ ਬੱਚਾ ਜਦੋਂ ਮਸੀਤ ਦੇ ਦਰਵਾਜ਼ੇ ਦੇ ਲਾਗੇ ਗਿਆ ਤੇ ਕਾਜੀ ਨੇ ਤਿੰਨ ਗੱਲਾਂ ਬੱਚਿਆਂ ਨੂੰ ਕਹੀਆਂ, ਤਿੰਨ ਗੱਲਾਂ। ਉਹ ਕਹਿੰਦਾ, ਬੱਚਿਓ ਆ ਤਿੰਨ ਗੱਲਾਂ ਪੱਲੇ ਬੰਨ ਲਿਓ, ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦਾ ਰੂਪ ਹੋ ਜਾਓਗੇ। ਬੱਚਿਆਂ ਨੇ ਆਖਿਆ, ਉਸਤਾਦ ਜੀ ਕਿਹੜੀਆਂ? ਉਹਨੇ ਆਖਿਆ, ਕਹਿਣ ਲੱਗਾ ਇਹ ਸਮਝ ਲਓ ਵੀ ਅੱਲਾਹ ਲਾ ਸ਼ਰੀਕ ਹੈ। ਅੱਲਾਹ ਦਾ ਸ਼ਰੀਕ ਕੋਈ ਨਹੀਂ, ਉਹਦਾ ਚਾਚਾ ਤਾਇਆ ਕੋਈ ਨਹੀਂ, ਉਹਦਾ ਸ਼ਰੀਕ ਕਿਵੇਂ ਹੋਵੇ? ਅੱਲਾ ਲਾ ਮੁਕਾਮ ਹੈ, ਉਹਦਾ ਘਰ ਘਾਟ ਕੋਈ ਨਹੀਂ। ਅੱਲਾ ਲਾ ਵਾਰਸ ਹੈ, ਉਹਦੀ ਨਾ ਮਾਂ ਨਾ ਬਾਪ। ਚੱਕਰ ਚਿਹਨੇ ਯਾਰ ਬਰਨ ਜਾਤ ਯਾਰ ਪਾਤ ਨਹਿਨ ਜੇ ਰੂਪ ਰੰਗ ਯਾਰ ਵੇਖ ਭੇਖ ਕੋ ਕਹਿ ਨਾ ਸਕਤ ਕਹੇ ਆ ਚੱਲ ਮੂਰਤੇ ਨ ਪਾਓ ਪ੍ਰਕਾਸ਼ ਯਮ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਣੀਜੈ। ਉਹਦਾ ਕੋਈ ਰੰਗ ਰੂਪ ਨਹੀਂ। ਇਹ ਨਿੱਕੇ ਜੇ ਬੱਚੇ ਨੇ ਆਖਿਆ, ਮਨਾ ਛੱਡ ਖੜਾ ਜਾ ਕੇ ਬੱਕਰੀਆਂ ਚਾਰ, ਅੱਲਾ ਤੇ ਤੇਰੇ ਨਾਲੋਂ ਵੀ ਜ਼ਿਆਦਾ ਗਿਆ ਗਵਾਤਾ, ਅੱਲਾ ਤੇ ਤੇਰੇ ਨਾਲੋਂ ਵੀ ਨੀਵਾਂ, ਚੱਲ ਪਹਾੜੀ ਤੇ ਚੜ ਗਿਆ ਪਹਾੜੀ ਤੇ। ਇੱਕ ਦਿਨ ਮਨ ਵਿੱਚ ਖਿਆਲ ਆਇਆ, ਕਹਿੰਦਾ ਓਏ ਅੱਲਾ ਦਾ ਵੀ ਮਾਂ ਬਾਪ ਹੈ ਨੀ, ਚਾਚਾ ਤਾਇਆ ਹੈ ਨੀ, ਤੇਰਾ ਵੀ ਹੈ ਨੀ। ਅੱਲਾ ਦੇ ਕੱਪੜੇ ਪਾਟੇ ਹੋਣਗੇ, ਕੌਣ ਸੀਂਦਾ ਹੋਵੇਗਾ? ਅੱਲਾ ਨੂੰ ਰੋਟੀ ਕੌਣ ਖਵਾਉਂਦਾ ਹੋਵੇਗਾ? ਆਪਣੀ ਝੁੱਗੀ ਤੋਂ ਬਾਹਰ ਨਿਕਲ ਕੇ ਸੂਈ ਧਾਗਾ ਲੈ ਕੇ ਬੈਠਾ, ਆਵਾਜ਼ ਦਿੰਦਾ, ਅੱਲਾ ਤੇਰੇ ਕੱਪੜੇ ਪਾਟੇ ਹੋਣਗੇ, ਮੈਂ ਤੇਰੇ ਕੱਪੜਿਆਂ ਨੂੰ ਸੀਂ ਦਵਾਂ। ਪਤਾ ਨੀ ਤੂੰ ਕਿੱਦਣ ਦੀ ਰੋਟੀ ਖਾਧੀ ਹੋਵੇਗੀ, ਆ ਪ੍ਰਸ਼ਾਦਾ ਛੱਕ, ਮੈਂ ਦੋ ਰੋਟੀਆਂ ਲਾਈਆਂ, ਇੱਕ ਤੂੰ ਖਾ ਲੈ ਇੱਕ ਮੈਂ ਖਾ ਲਾ। ਲਾਗੂ ਦੀ ਘੋੜੇ ਤੇ ਬੈਠਾ ਲੰਘ ਰਿਹਾ, ਸਨਮਾਨ ਜੋ ਖਾਲਸਾ ਜੀ ਹਜ਼ਰਤ ਮੂਸਾ ਉਹ ਘੋੜੇ ਤੋਂ ਥੱਲੇ ਉਤਰਿਆ, ਉਹਨੇ ਨਿੱਕੇ ਜੇ ਬੱਚੇ ਦੇ ਮੂੰਹ ਤੇ ਵੱਟ ਕੇ ਚਪੇੜ ਮਾਰੀ। ਉਹਨੇ ਆਖਿਆ, ਕਾਕਾ ਅੱਲਾ ਨੂੰ ਇਸ ਤਰ੍ਹਾਂ ਯਾਦ ਨਹੀਂ ਕਰੀਦਾ, ਅੱਲਾ ਨੂੰ ਟਿਚਰਾ ਕਰਦਾ। ਇੰਨੀ ਗੱਲ ਕਹਿ ਕੇ ਹਜ਼ਰਤ ਮੂਸਾ ਚਲੇ ਗਿਆ ਕੋਹੇ ਤੂਰ ਪਹਾੜ ਤੇ, ਚੌਂਕੜਾ ਮਾਰ ਕੇ ਬਹਿ ਗਿਆ, ਗੋਡੇ ਮੂਧੇ ਮਾਰ ਕੇ। ਅੱਜ ਮਨ ਨਾ ਜੁੜੇ, ਅੱਲਾ ਨੂੰ ਬੜੀਆਂ ਆਵਾਜ਼ਾਂ ਮਾਰੇ ਲੇਕਿਨ ਮਨ ਜੁੜੇ ਨਾ, ਤੇ ਵਾਰੇ ਸ਼ਾਹ ਨੇ ਹੀਰ ਵਿੱਚ ਫਿਰ ਲਿਖਿਆ ਵੀ ਉਹ ਮਨ ਕਿਉਂ ਨਹੀਂ ਜੁੜਿਆ। ਉਹ ਲਿਖਦਾ, ਤੈਂ ਵੈਰਾਇਓ ਵਸਲ ਕਰਦਨ ਆਮਦੀ, ਨਹਿ ਬੈਰਾਇਓ ਫਸਲ ਕਰਦਨ ਆਮਦੀ। ਉਹ ਕਹਿੰਦਾ, ਮੂਸਾ ਵਸਲ ਤੋਂ ਭਾਵ ਹੁੰਦਾ ਜੋੜਨਾ ਤੇ ਫਸਲ ਤੋਂ ਭਾਵ ਹੁੰਦਾ ਤੋੜਨਾ। ਮੂਸਾ ਮੈਂ ਤੈਨੂੰ ਭੇਜਿਆ ਸੀ ਟੁੱਟਿਆਂ ਨੂੰ ਜੋੜਨ ਵਾਸਤੇ, ਲੇਕਿਨ ਜਿਹੜੇ ਮੇਰੇ ਨਾਲ ਜੁੜੇ ਸਨ ਉਹਨਾਂ ਦੇ ਮੂੰਹ ਤੇ ਚਪੇੜਾ ਮਾਰ ਕੇ ਤੂੰ ਤੋੜਦਾ ਫਿਰਦਾ, ਤੇ ਤੈਨੂੰ ਮੈਂ ਕਿਵੇਂ ਮਿਲਾਂ? ਇੱਥੇ ਬੇਨਤੀ ਇਹ ਹੈ ਵੀ ਗੁਰੂ ਦੇ ਸਾਹਮਣੇ ਬਹੁਤੇ ਭਾਵਪੂਰਤ ਸ਼ਬਦ ਕਹਿਣੇ ਅਰਦਾਸ ਨਹੀਂ ਹੁੰਦੀ, ਅਰਦਾਸ ਤੁਹਾਡੇ ਮਨ ਦੀ ਵੇਦਨਾ ਹੈ। ਜਿੱਦਣ ਤੁਸੀਂ ਆਣ ਕੇ ਗੁਰੂ ਦੇ ਦੁਆਰੇ ਤੇ ਕਹੋਗੇ, ਝੋਲੀ ਫੈਲਾ ਕੇ ਝੋਲੀ ਪਕੜ ਕੇ ਕਹੋਗੇ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ, ਦਾਤਾ ਗੱਲ ਤੇ ਬਾਨੀ ਉਦਣ, ਤੇ ਜਿੱਦਣ ਮੇਰੇ ਵਰਗਾ ਆ ਗਿਆ ਨਾ ਦਾਨੀ ਬਣ ਕੇ, ਵੀ ਜੇ ਮੈਂ 50,000 ਨਾ ਦਿੰਦਾ ਤੇ ਸ਼ਾਇਦ ਇਹ ਸਮਾਗਮ ਨਹੀਂ ਸੀ ਹੋਣਾ। ਇੱਥੇ ਜਦੋਂ ਆਓ ਭਿਖਾਰੀ ਬਣ ਕੇ ਆਓ, ਇੱਥੇ ਜਿਹੜਾ ਬੰਦਾ ਦਾਨੀ ਬਣ ਕੇ ਆਵੇਗਾ ਮਾਰਿਆ ਜਾਵੇਗਾ, ਜਦੋਂ ਆਓ ਭਿਖਾਰੀ ਬਣ ਕੇ ਆਓ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰੇ, ਨੀਵੇਂ ਹੋ ਕੇ ਪਰਮਾਤਮਾ ਦੇ ਪਾਵਨ ਚਰਨਾਂ ਵਿੱਚ ਆਇਆ ਕਰੀਏ। ਇੱਕ ਵਾਰੀ ਪੂਰੀ ਮਾਨਵਤਾ ਦਾ ਭਲਾ ਮੰਗੋ, ਉਚਾਰਨ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾੜੇ ਸਰਬੱਤ ਦਾ ਭਲਾ। ਧਿਆਨ ਲੈ ਕੇ ਚੱਲ ਗਏ ਇਤਿਹਾਸ ਦੇ ਪੱਤਰਿਆਂ ਦੇ ਉੱਪਰ। ਠੀਕ 1:30 ਵਜੇ ਤੱਕ ਦਾ ਮੇਰਾ ਟਾਈਮ ਹੈ। ਸਿਆਣੇ ਗੁਰਮੁਖ ਪਿਆਰਿਆਂ ਨੇ ਹੁਕਮ ਕੀਤਾ, 1881 ਦੇ ਵਿੱਚ ਆਸਟ੍ਰੇਲੀਆ ਦੀ ਧਰਤੀ ਤੇ ਇੱਕ ਅਖਬਾਰ ਜਿਹਦੇ ਵਿੱਚ ਇੱਕ ਲੇਖ ਛਪਿਆ
ਵੀ ਵਰਲਡ ਦੇ ਜਿੰਨੇ ਵਿਦਵਾਨ ਨੇ ਉਹਨੂੰ ਆਸਟ੍ਰੇਲੀਆ ਦੀ ਸਰਕਾਰ ਉਹਨਾਂ ਵਿਦਵਾਨਾਂ ਨੂੰ ਆਪਣੇ ਖਰਚੇ ਤੇ ਆਸਟ੍ਰੇਲੀਆ ਬੁਲਾਵੇਗੀ। ਉਹਨੂੰ 6 ਤੋਂ 7 ਮਹੀਨੇ ਉਹ ਵਿਦਵਾਨ ਆਸਟ੍ਰੇਲੀਆ ਰਹਿਣਗੇ, ਉਹਨਾਂ ਨੂੰ ਖਾਣ ਪੀਣਾ ਖੁੱਲ੍ਹਾ, ਹੋਟਲ ਵਿੱਚ ਕਮਰੇ ਮਿਲਣਗੇ। ਪਰ ਉਹਨਾਂ ਵਿਦਵਾਨਾਂ ਨੇ ਇਹ ਕੰਮ ਕਰਨਾ ਵੀ ਦੁਨੀਆ ਦਾ ਸਭ ਤੋਂ ਜੇਤੂ ਜਰਨੈਲ ਕੱਢਣਾ, ਵੀ ਸਭ ਤੋਂ ਜੇਤੂ ਜਰਨੈਲ ਦੁਨੀਆ ਦਾ ਕੌਣ ਹੈ। ਦੁਨੀਆ ਭਰ ਦੇ ਵਿਦਵਾਨ ਸਾਡੇ 1881 ਵਿੱਚ ਉਹਨਾਂ ਵਿਦਵਾਨਾਂ ਦਾ ਖਰਚਾ ਚੁੱਕਿਆ ਆਸਟ੍ਰੇਲੀਆ ਅਖਬਾਰ ਵਾਲਿਆਂ ਨੇ, ਉਹਦਾ ਨਾਂ ਹੈ ਵਿਦਿਆ ਨੈਰਜ਼। ਉਹ ਵਿਦਵਾਨਾਂ ਨੇ 3-4 ਮਹੀਨੇ ਤੋਂ ਬਾਅਦ ਆਸਟ੍ਰੇਲੀਆ ਦੀ ਅਖਬਾਰ ਨੂੰ ਇੱਕ ਤੱਥ ਪੇਸ਼ ਕੀਤਾ। ਤੱਥ ਉਹਨਾਂ ਨੇ ਕੱਢ ਲਿਆ ਵੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਕੌਣ ਹੈ। ਉਹ ਜਿਹੜਾ ਤੱਥ ਪੇਸ਼ ਕੀਤਾ ਫਿਰ ਅਖਬਾਰ ਦੇ ਵਿੱਚ ਉਹਨਾਂ ਨੇ ਉਹ ਦਿੱਤਾ ਵੀ ਦੁਨੀਆ ਤੇ ਦੂਜੇ ਨੰਬਰ ਦਾ ਬੰਦਾ ਆਇਆ ਸਿਕੰਦਰ ਆਜ਼ਮ। ਸਿਕੰਦਰ ਆਜ਼ਮ ਦੂਜੇ ਨੰਬਰ ਤੇ ਆਇਆ, ਟੀਲਾ ਦਹਿਨ ਤੀਜੇ ਨੰਬਰ ਤੇ, ਟੀਲਾ ਦਹਿਨ ਚੌਥੇ ਨੰਬਰ ਤੇ, ਜੂਲੀਅਸ ਸੀਜ਼ਰ ਪੰਜਵੇਂ ਨੰਬਰ ਤੇ, ਬਰਾਜੀ ਪਜਾਰੋ 6ਵੇਂ ਨੰਬਰ ਤੇ, ਸਾਰਸ ਦਾ ਗ੍ਰੇਟ 7ਵੇਂ ਨੰਬਰ ਤੇ, ਹਨੀਬਲ ਬਾਰਕਾ 9ਵੇਂ ਨੰਬਰ ਤੇ, ਤੈਮੂਰ 8ਵੇਂ ਨੰਬਰ ਤੇ, ਤੈਮੂਰ 9ਵੇਂ ਨੰਬਰ ਤੇ ਆਇਆ ਹਨੀਬਲ ਬਾਰਕਾ ਤੇ 10ਵੇਂ ਨੰਬਰ ਦੇ ਉੱਪਰ ਚੰਗੇਜ਼ ਖਾਨ ਤੇ ਸਨਮਾਨ ਜੋ ਖਾਲਸਰ ਜਿਹੜਾ ਪਹਿਲੇ ਨੰਬਰ ਤੇ ਕੱਢਿਆ ਉਹ ਕੋਈ ਹੋਰ ਨਹੀਂ, ਉਹ ਤੁਹਾਡਾ ਬਜ਼ੁਰਗ, ਉਹਦਾ ਨਾਮ ਸੀ ਸਰਦਾਰ ਹਰੀ ਸਿੰਘ ਨਲੂਆ। ਜਦੋਂ ਹਰੀ ਸਿੰਘ ਨਲੂਏ ਦਾ ਨਾਮ ਲਿਖਿਆ ਉਹਨਾਂ ਨੇ ਕਾਗਜ਼ ਤੇ ਕਲਮ ਧਰਤੀ ਤੇ ਰੱਖ ਕੇ ਤੇ ਧਰਤੀ ਤੇ ਹੱਥ ਲਗਾ ਕੇ ਉਹਨਾਂ ਨੇ ਤੌਬਾ ਕੀਤੀ ਵੀ ਐਡਾ ਵੱਡਾ ਜਰਨੈਲ ਪਤਾ ਕਿਉਂ ਕੱਢਿਆ ਪਹਿਲੇ ਨੰਬਰ ਤੇ। ਉਹ ਕਈ ਸਾਲ ਅਮਰੀਕਾ ਵਾਲੇ ਅਫਗਾਨਿਸਤਾਨ ਅੱਡੀਆਂ ਰਗੜ ਕੇ ਮਰੇ ਨੇ ਕਈ ਸਾਲ, ਉਹਨਾਂ ਨੇ ਪਤਾ ਨਹੀਂ ਕਿੰਨਾ ਕੁ ਘਾਟਾ ਖਾਧਾ, ਜਾਣ ਲੱਗੇ ਗੱਡੀਆਂ ਵੀ ਛੱਡ ਗਏ, ਤੋਪਾਂ ਵੀ ਛੱਡ ਗਏ, ਲੇਕਿਨ ਉਹਨਾਂ ਦੇ ਕੋਲੋਂ ਅਫਗਾਨਿਸਤਾਨ ਨਾਲ ਜਿੱਤਿਆ ਗਿਆ। ਇੱਕ ਤੁਹਾਡਾ ਯੋਧਾ ਹੋਇਆ ਸਰਦਾਰ ਹਰੀ ਸਿੰਘ ਨਲੂਆ ਜਿਹਨੇ ਅਫਗਾਨਿਸਤਾਨ ਜਿੱਤਿਆ, ਤੇ ਅਸੀਂ ਸਟੇਜਾਂ ਤੇ ਪਤਾ ਕੀ ਕਹਿੰਦੇ, ਅਫਗਾਨਿਸਤਾਨ ਜਿੱਤ ਕੇ ਤੇ ਪਠਾਣਾ ਨੂੰ ਸਲਵਾਰਾਂ ਪਵਾਈਆਂ ਹਰੀ ਸਿੰਘ ਨਲੂਏ ਨੇ। ਕਿੱਥੇ ਲਿਖਿਆ ਮੇਰੇ ਗਿਆਨ 'ਚ ਵਾਧਾ ਕਰ ਦਿਓ ਜੇ ਤੁਸੀਂ ਕਿਤੇ ਪੜ੍ਹਿਆ ਹੋਵੇ ਨਾ ਵੀ ਪਠਾਣਾ ਨੂੰ ਸਲਵਾਰਾਂ ਇਹ ਹਰੀ ਸਿੰਘ ਨਲੂਏ ਨੇ ਪਵਾਈਆਂ, ਤੇ ਮੇਰੇ ਗਿਆਨ 'ਚ ਜ਼ਰੂਰ ਵਾਧਾ ਕਰਿਓ। ਮੈਂ ਤੇ ਜਿੰਨਾ ਕੁ ਪੜ੍ਹਿਆ ਮੈਨੂੰ ਤੇ ਅੱਜ ਤੱਕ ਨਹੀਂ ਜੇ ਲੱਭਾ, ਇਹ ਉਹਨਾਂ ਦਾ ਪਹਿਰਾਵਾ ਹੈ ਇਹ ਸਲਵਾਰਾਂ ਹਰੀ ਸਿੰਘ। ਹਾਂ ਅਫਗਾਨਿਸਤਾਨ ਫਤਿਹ ਕੀਤਾ, ਅਫਗਾਨੀਆਂ ਦੀਆਂ ਨਾਸਾ ਥਾਣੀ ਧੂੰਆਂ ਜ਼ਰੂਰ ਕੱਢਿਆ, ਲੇਕਿਨ ਉਹਨਾਂ ਦਾ ਪਹਿਰਾਵਾ ਭਾਈ ਉਹ ਪਹਿਲਾਂ ਸਲਵਾਰਾਂ ਪਾਉਂਦੇ ਸੀ, ਉਹ ਅੱਜ ਤੱਕ ਪਾਉਂਦੇ ਨੇ। ਖੈਰ ਇਹ ਮਹਾਨ ਯੋਧੇ ਦਾ ਜਨਮ ਜਿਹੜਾ ਹੋਇਆ ਮਾਤਾ ਧਰਮ ਕੌਰ ਜੀ ਦੀ ਮੁਬਾਰਕ ਕੁੱਖ ਤੋਂ ਸਰਦਾਰ ਤਹਿਲ ਸਿੰਘ ਦੇ ਘਰ ਤੇ ਸਨਮਾਨ ਜੋ ਖਾਲਸਾ ਜੀ। ਇਹ 5 ਕੁ ਸਾਲਾਂ ਦਾ ਹੋਇਆ ਜਦੋਂ ਦਾ ਬਾਪੂ ਅਕਾਲ ਚਲਾਣਾ ਕਰ ਗਿਆ, ਇਹਦੀ ਸਿਆਣੀ ਮਾਂ ਲੈ ਕੇ ਆ ਗਈ ਨਾਨਕੇ, ਤੇ ਨਾਨਕੇ ਬੜੇ ਚੰਗੇ, ਨਾਨਕੇ ਵਿਦਵਾਨ, ਨਿਆਣਕੇ ਗੁਰੂ ਘਰ ਦੇ ਨਾਲ ਜੁੜੇ। ਤੇ ਜਦੋਂ ਨਾਨਕਿਆਂ ਦੇ ਘਰ ਵਿੱਚ ਆ ਗਿਆ ਨਾ ਹਰੀ ਸਿੰਘ, ਉਹਦਿਆਂ ਮਾਮਿਆਂ ਨੇ ਪਰਵਰਿਸ਼ ਕੀਤੀ। ਪਰਵਰਿਸ਼ ਇਤਿਹਾਸ ਨੂੰ ਪੜ੍ਹਿਓ, ਕਿਤੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਕਿਤਾਬ ਲੈ ਕੇ ਪੜ੍ਹਿਓ ਹਰੀ ਸਿੰਘ ਨਲੂਏ ਦੀ ਜੀਵਨੀ। ਦੁਨੀਆਂ ਦੀਆਂ 7 ਭਾਸ਼ਾ ਜਾਣਦਾ ਸੀ ਹਰੀ ਸਿੰਘ ਨਲੂਆ, ਦੁਨੀਆਂ ਦੀਆਂ 7 ਭਾਸ਼ਾ। ਹੁਣ ਹਰੀ ਸਿੰਘ ਨਲੂਆ ਆ ਗਿਆ ਨਾਨਕਿਆਂ ਦੇ ਕੋਲ, ਪਰਵਰਿਸ਼ ਕੀਤੀ ਮਾਮਿਆਂ ਨੇ ਰੱਜ ਕੇ, ਤੇ ਉਧਰੋਂ ਆ ਗਿਆ 1805 ਈਸਵੀ ਦਾ ਬਸੰਤੀ ਦਰਬਾਰ। ਇਹ ਬਸੰਤੀ ਦਰਬਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਸੰਤ ਪੰਚਮੀ ਤੋਂ 5 ਦਿਨ ਬਾਅਦ ਲਗਾਇਆ ਕਰਦੇ ਸੀ, ਜਿਹਦੇ ਵਿੱਚ ਪੰਜਾਬ ਦੀ ਜਵਾਨੀ ਭਰਤੀ ਕਰਿਆ ਕਰਦਾ ਸੀ। ਪੰਜਾਬ ਦੀ ਜਵਾਨੀ
ਉਹ ਸੀ ਜੌਹਰੀ। ਉਹਨੂੰ ਪਤਾ ਲੱਗ ਜਾਂਦਾ ਸੀ ਕਿਹੜਾ ਮੁੰਡਾ ਕਿੰਨੇ ਕਾਇਆ ਦਾ ਮਾਲਕ ਹੈ, ਕਿਹੜਾ ਮੁੰਡਾ ਕਿਹੜੀ ਡਿਊਟੀ ਕਰਨ ਵਾਲਾ। ਉਹ ਨੌਜਵਾਨ ਮੁੰਡਿਆਂ ਦੇ ਵਿੱਚੋਂ ਚੁਣ ਕੇ ਮੁੰਡੇ ਭਰਤੀ ਕਰ ਲੈਂਦਾ ਸੀ। ਉਹਦੀ ਨਿਗਾਹ ਕੰਮ ਕਰਦੀ ਸੀ, ਅੱਜ ਵਾਲਿਆਂ ਦੀ ਨਿਗਾਹ ਨਹੀਂ ਕੰਮ ਕਰਦੀ, ਉਹਦੀ ਕਰਦੀ ਸੀ ਨਿਗਾਹ ਕੰਮ। ਉਹਨੇ ਬਸੰਤੀ ਦਰਬਾਰ ਸਜਾਇਆ ਤੇ ਨੌਜਵਾਨ ਮੁੰਡੇ ਜੌਹਰ ਵਿਖਾਉਣ, ਸ਼ੇਰੇ ਪੰਜਾਬ ਚੁਣ ਚੁਣ ਕੇ ਪਾਸੀ ਕਰਵਾਈ ਜਾਵੇ, ਆ ਵੀ ਮੁੰਡਾ ਚੰਗਾ, ਆ ਵੀ ਮੁੰਡਾ ਚੰਗਾ। ਹੁਣ ਲਾਗੇ ਬੈਠੇ ਹਰੀ ਸਿੰਘ ਦੇ ਮਾਮੇ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ, ਕਾਕਾ ਉੱਠ, ਤੂੰ ਕੁਝ ਸ਼ੇਰੇ ਪੰਜਾਬ ਨੂੰ ਜ਼ੋਰ ਕਰਕੇ ਵਿਖਾ। ਉੱਠਿਆ, ਮਾਰ ਕੇ ਪਲਾਟੀ ਘੋੜੇ ਤੇ ਚੜਿਆ ਤੇ ਜਿਹੜੇ ਦਰਖਤ ਦੇ ਥੱਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੈਠਾ, ਉਹ ਦਰਖਤ ਦੇ ਨਾਲ ਇੱਕ ਮਟਕੀ ਲਟਕਦੀ ਹੈ ਪਾਣੀ ਦੀ ਭਰੀ, ਉਹ ਹੈ ਜਾਨਵਰਾਂ ਵਾਸਤੇ ਪਾਣੀ ਪਾਇਆ। ਹਰੀ ਸਿੰਘ ਨਲੂਏ ਨੇ ਆਪਣੇ ਪੱਥੇ ਵਿੱਚੋਂ ਤੀਰ ਕੱਢਿਆ, ਉਹਨੂੰ ਚੌੜ ਕੇ ਕਮਾਨ ਦੀ ਤੰਦੀ ਤੇ ਛੱਡਿਆ, ਤੀਰ ਜਾ ਕੇ ਵੱਜਾ ਉਸ ਹਾਂਡੀ ਦੇ ਵਿੱਚ। ਜਦੋਂ ਹਾਂਡੀ ਚ ਵੱਜਾ, ਖੱਖੜੀਆਂ ਖੱਖੜੀਆਂ ਕਰਕੇ ਰੱਖ ਦਿੱਤੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉੱਠਿਆ ਤੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ੁੱਦੀਨ ਨੂੰ ਆਵਾਜ਼ ਮਾਰ ਕੇ ਆਖਿਆ, ਆਹ ਹਾਂਡੀ ਕਿੰਨੇ ਤੋੜੀ ਹੈ। ਦੂਰ ਖਲੋਤੇ ਹਰੀ ਸਿੰਘ ਨਲੂਏ ਦੇ ਮਾਮੇ ਨੇ ਆਖਿਆ, ਕਹਿਣ ਲੱਗੇ, ਮਹਾਰਾਜਾ ਸਾਹਿਬ, ਇਹ ਮੇਰੇ ਭਾਣਜੇ ਨੇ ਤੋੜੀ ਹੈ। ਤੇ ਜਦੋਂ ਭਾਣਜੇ ਨੂੰ ਕੋਲ ਲਿਆਂਦਾ ਨਾ, ਹਰੀ ਸਿੰਘ ਨਲੂਆ ਆਇਆ ਕੋਲ, ਅਜੇ ਨਲੂਆ ਚ ਆਏ ਸ਼ਬਦ ਨਹੀਂ, ਹਰੀ ਸਿੰਘ ਆਇਆ ਕੋਲ ਤੇ ਸਨਮਾਨ ਜੋ ਖਾਲਸਾ ਜੀ, ਸ਼ੇਰੇ ਪੰਜਾਬ ਨੇ ਆਪਣਾ ਕੈਂਠਾ ਲਾ ਕੇ ਆਪਣੇ ਗਲ ਵਾਲਾ ਹਰੀ ਸਿੰਘ ਨਲੂਏ ਦੇ ਗਲ ਕੈਂਠਾ ਪਾ ਦਿੱਤਾ, ਕੈਂਠਾ ਹਰੀ ਸਿੰਘ ਨਲੂਏ ਦੇ ਗਲ। ਹਰੀ ਸਿੰਘ ਨਲੂਆ ਕਰ ਲਿਆ ਭਰਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ, ਤੇ ਭਰਤੀ ਪਤਾ ਕਾਹਦੇ ਵਿੱਚ ਕੀਤਾ, ਆਪਣੀ ਸਵੈ ਰੱਖਿਆ ਵਾਸਤੇ ਆਪਣਾ ਬੋਡੀ ਗਾਰਡ ਉਹ ਬਣਾਇਆ ਗਿਆ ਹਰੀ ਸਿੰਘ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਕਰਨ ਚੜਿਆ, ਉਹਦੇ ਨਾਲ ਹੈ ਹਰੀ ਸਿੰਘ, ਜਿੱਥੋਂ ਨਲੂਆ, ਵੈਸੇ ਨਲੂਆ ਸ਼ਬਦ ਗਲਤ ਹੈ, ਸ਼ਬਦ ਸੀ ਨਾਲ, ਜਿਹੜਾ ਮੁੜ ਕੇ ਵਿਗੜ ਕੇ ਬਣ ਗਿਆ ਰਾਜਾ ਨਾਲ ਹੋਇਆ। ਜਿਹੜਾ ਪਰ ਜਵਾਨੀ ਵਿੱਚ ਸ਼ੇਰ ਦਾ ਜਬਾੜਾ ਪਕੜ ਕੇ ਦੰਦ ਗਿਣਦਿਆ ਕਰਦਾ ਸੀ ਤੇ ਜਿਹਨੇ ਸ਼ੇਰ ਦਾ ਸ਼ਿਕਾਰ ਸ਼ੇਰ ਦੀਆਂ ਅੱਖਾਂ ਚ ਅੱਖਾਂ ਪਾ ਕੇ ਕਰਦਾ ਸੀ, ਉਹਦਾ ਨਾਂ ਸੀ ਰਾਜਾ ਨਲ। ਤੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੰਗਲ ਚ ਵੜਿਆ, ਉਹਦੇ ਪਿੱਛੇ ਹਰੀ ਸਿੰਘ ਹੈ। ਇੱਕ ਸ਼ੇਰ ਦੇ ਬੱਬਰ ਸ਼ੇਰ ਨੇ ਮਾਰੀ ਛਾਲ, ਹਰੀ ਸਿੰਘ ਨਲੂਏ ਨੇ ਆਉਂਦਿਆਂ ਵੇਖਿਆ, ਉਹਨੇ ਉਹ ਸ਼ੇਰ ਦੇ ਅਗਲੇ ਪਹੁੰਚੇ ਲਏ ਆਪਣੇ ਢਾਲੇ ਉੱਪਰ, ਜਦੋਂ ਢਾਲੇ ਦੇ ਨਾਲ ਘੁਮਾ ਕੇ ਮਾਰਿਆ, ਅਜੇ ਸ਼ੇਰ ਉੱਠਦਾ, ਉਹਨੇ ਆਪਣੀ ਸ੍ਰੀ ਸਾਹਿਬ ਕੱਢ ਕੇ ਮਿਆਨ ਵਿੱਚੋਂ ਤੇ ਸ਼ੇਰ ਦੇ ਦੋ ਟੁਕੜੇ ਕਰ ਦਿੱਤੇ। ਦੋ ਸ਼ੇਰ ਦੇ ਦੋ ਟੁਕੜੇ ਕਰਨੇ ਕੋਈ ਸੌਖੇ ਨਹੀਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਏ, ਉਹਨੇ ਵੇਖਿਆ, ਆਪਣਾ ਹਜ਼ੂਰੀ ਚਿੱਤਰਕਾਰ ਸੱਦਿਆ ਤੇ ਦੋ ਤਸਵੀਰਾਂ ਬਣਾਈਆਂ, ਦੋ ਤਸਵੀਰਾਂ। ਇੱਕ ਤਸਵੀਰ ਸ਼ੇਰੇ ਪੰਜਾਬ ਨੇ ਆਖਿਆ, ਜਿੱਥੇ ਮੇਰਾ ਸਿੰਘਾਸਣ ਲੱਗਦਾ ਨਾ, ਸਿੰਘਾਸਣ ਉਹਦੇ ਪਿਛਲੇ ਬੰਨੇ ਤਸਵੀਰ ਲਾਓ ਹਰੀ ਸਿੰਘ ਨਲੂਏ ਦੇ ਸ਼ਿਕਾਰ ਕਰਦੇ ਦੀ, ਤੇ ਦੂਜੀ ਤਸਵੀਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਅੱਜ ਕੇਂਦਰੀ ਸਿੱਖ ਅਜਾਇਬ ਘਰ ਹੈ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ, ਦੂਜੀ ਤਸਵੀਰ ਇੱਥੇ ਲੱਗੀ ਹੈ, ਦਰਸ਼ਨ ਕਰਿਓ ਕਿਤੇ ਜਾ ਕੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਹਦਾ ਨਾਮ ਰੱਖਿਆ ਹਰੀ ਸਿੰਘ ਨਲ। ਜਦੋਂ ਹਰੀ ਸਿੰਘ ਨਲ ਨਾਮ ਪੈ ਗਿਆ, ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਫਤਿਹ ਕਰਨੀ ਹੈ ਨਾਲ ਹਰੀ ਸਿੰਘ ਨਲੂਆ, ਪਿਸ਼ਾਵਰ ਫਤਿਹ ਕਰਨਾ ਨਾਲ ਹਰੀ ਸਿੰਘ ਨਲੂਆ। ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਕਹਿਣ ਲੱਗੇ ਹਰੀ ਸਿੰਘ ਨਲੂਏ ਨੂੰ, ਕਹਿੰਦੇ ਹਰੀ ਸਿਆ, 736 ਸਾਲ ਮੇਰੇ ਦੇਸ਼ ਨੂੰ ਲੁੱਟਿਆ, ਲੇਕਿਨ ਉਹ ਦਰਵਾਜ਼ਾ ਅੱਜ ਤੱਕ ਕੋਈ ਮਾਂ ਦਾ ਪੁੱਤ ਬੰਦ ਨਹੀਂ ਕਰ ਸਕਿਆ। ਉਹ ਦਰਵਾਜ਼ਾ ਪਤਾ ਕਿਹੜਾ? ਉਹ ਦਰਵਾਜ਼ਾ ਹੈ ਦਰਰਾਏ ਖੈਬਰ, ਉਹਦੀ ਚੌੜਾਈ ਹੈ 12 ਮੀਟਰ, 12 ਮੀਲ ਨਹੀਂ, 12 ਮੀਟਰ। ਉਹ 12 ਮੀਟਰ ਦੇ ਦਰਵਾਜ਼ੇ ਥਾਣੀ ਲੰਘ ਕੇ ਤੁਹਾਡੀ ਧਰਤੀ ਨੂੰ 736 ਸਾਲ ਲੁੱਟਿਆ ਅਗਲਿਆਂ ਨੇ, 736 ਸਾਲ
ਉਹ ਕਾਂਗੜੇ ਦਾ ਮੰਦਿਰ ਲੁੱਟਿਆ। ਕਾਂਗੜੇ ਦੇ ਮੰਦਿਰ ਦੇ ਵਿੱਚੋਂ ਕਰੋੜਾਂ ਰੁਪਈਆ ਨਕਦ ਤੇ 30 ਮੂਰਤੀਆਂ ਸੋਨੇ ਦੀਆਂ ਕੱਢੀਆਂ ਸੀ। 30 ਮੂਰਤੀਆਂ ਸੋਨੇ ਦੀਆਂ, ਇਹੋ ਨਹੀਂ ਭਾਰਤ ਦੇਸ਼ ਨੂੰ ਰੱਜ ਕੇ ਲੁੱਟਦੇ ਰਹੇ। ਸ਼ੇਰੇ ਪੰਜਾਬ ਨੇ ਆਖਿਆ ਉਹ ਦਰਵਾਜ਼ਾ ਕੌਣ ਬੰਦ ਕਰੇਗਾ। ਹਰੀ ਸਿੰਘ ਨਲੂਏ ਨੇ ਆਖਿਆ, ਕਹਿਣ ਲੱਗਾ, ਸ਼ੇਰੇ ਪੰਜਾਬ ਉਹ ਦਰਵਾਜ਼ਾ ਮੈਂ ਬੰਦ ਕਰਾਂਗਾ। ਮੈਂ ਇੱਥੇ ਮੈਂ ਇੱਕ ਹੋਰ ਬੇਨਤੀ ਕਰਦਾ, ਦੋ ਬੇਨਤੀਆਂ ਕਰਨੀਆਂ, ਨੋਟ ਕਰਿਓ। ਇੱਕ ਈਸਾਈ ਪਾਦਰੀ ਆਇਆ ਲਾਹੌਰ, ਉਹਨੇ ਹਰੀ ਸਿੰਘ ਨਲੂਏ ਨੂੰ ਮਿਲਿਆ। ਹਰੀ ਸਿੰਘ ਨਲੂਏ ਨੂੰ ਮਿਲ ਕੇ ਕਹਿੰਦਾ ਵੀ ਤੁਹਾਡਾ ਧਰਮ ਬਹੁਤ ਵਧੀਆ, ਇਹਦੇ ਵਿੱਚ ਸ਼ੱਕ ਕੋਈ ਨਹੀਂ, ਪਰ ਨਲੂਏ ਸਰਦਾਰਾ, ਜੇ ਕਿਤੇ ਮੇਰੇ ਧਰਮ ਵਿੱਚ ਆ ਜਾਵੇ ਤੈਨੂੰ ਸੋਨੇ ਨਾ ਤੋਲ ਦਈਏ। ਇਹ ਇੱਕ ਈਸਾਈ ਕਹਿੰਦਾ, ਈਸਾਈ ਹਜੇ ਤੇ ਈਸਾ ਨੂੰ ਮੰਨਣ ਵਾਲਾ, ਉਹ ਕਹਿੰਦਾ ਮੇਰੇ ਧਰਮ ਵਿੱਚ ਆ ਜਾਵੇ ਤੈਨੂੰ ਸੋਨੇ ਨਾ ਤੋਲ ਦਈਏ। ਹਰੀ ਸਿੰਘ ਨਲੂਏ ਨੇ ਜਵਾਬ ਪਤਾ ਕੀ ਦਿੱਤਾ, ਉਹ ਕਹਿੰਦਾ ਤੇਰਾ ਧੰਨਵਾਦ, ਤੂੰ ਆਪਣੇ ਧਰਮ ਦਾ ਪ੍ਰਚਾਰਕ, ਆਪਣੇ ਧੀਆਂ ਪੁੱਤ ਇੰਗਲੈਂਡ ਛੱਡ ਕੇ, ਆਪਣੀ ਘਰ ਵਾਲੀ ਇੰਗਲੈਂਡ ਛੱਡ ਕੇ ਪੰਜਾਬ ਦੇਸ਼ ਵਿੱਚ ਪ੍ਰਚਾਰ ਕਰਨਾ ਆ, ਲੇਕਿਨ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ, ਉਹ ਤੂੰ ਤੇ ਆਪਣੇ ਇੰਗਲੈਂਡ ਛੱਡ ਕੇ ਪ੍ਰਚਾਰ ਕਰਨਾ ਆ, ਤੇ ਜਿਹੜੇ ਗੁਰੂ ਨੇ ਚਾਰ ਪੁੱਤਰਾਂ ਦੇ ਸਿਰ ਸਾਡੀ ਝੋਲੀ ਵਿੱਚ ਪਾ ਦਿੱਤੇ, ਹੁਣ ਮੈਂ ਉਸ ਗੁਰੂ ਦਾ ਧਰਮ ਕਿਵੇਂ ਛੱਡ ਦਵਾਂ। ਉਹ ਤੂੰ ਤੇ ਆਪਣੇ ਧੀਆਂ ਪੁੱਤਰ ਇੰਗਲੈਂਡ ਛੱਡ ਕੇ ਆਇਆ, ਤੇ ਜਿਹੜੇ ਗੁਰੂ ਦੇ ਧਰਮ ਦੀ ਤੂੰ ਗੱਲ ਕਰਦਾ, ਉਹ ਗੁਰੂ ਨੇ ਆਪਣੇ ਚਾਰ ਪੁੱਤਰਾਂ ਦੇ ਸਿਰ ਸਿੱਖ ਕੌਮ ਦੀ ਝੋਲੀ ਵਿੱਚ ਪਾਏ। ਹਰੀ ਸਿੰਘ ਨਲੂਏ ਨੇ ਧਰਮ ਨਹੀਂ ਸੀ ਛੱਡਿਆ। ਤੇ ਅੱਜ ਆ ਮੇਰਾ ਨਾ ਇੱਕ ਕਲਿੱਪ ਪਿਆ ਇਸੇ ਵਿਸ਼ੇ ਤੇ, ਉਹ ਕਈ ਵਿਚਾਰੇ ਪਾਦਰੀ ਬੜੇ ਥੱਲੇ ਡਹਿ ਤੜਫਣ, ਮੈਂ ਵੀ ਉਹੋ ਜਿਹਾ ਹੁੰਦਾ ਤੇ ਸਿੰਘ ਫਸਾ ਕੇ ਬਹਿ ਜਾਂਦਾ, ਪਰ ਮੇਰੀ ਮੰਜ਼ਿਲ ਕੁਝ ਹੋਰ ਹੈ। ਮੈਂ ਫੇਸਬੁੱਕ ਤੇ ਬਹੁਤੇ ਕਦੀ ਸਿੰਘ ਨਹੀਂ ਫਸਾਉਂਦਾ ਹੁੰਦਾ, ਮੇਰੀ ਮੰਜ਼ਿਲ ਕੁਝ ਹੋਰ ਹੈ। ਮੈਂ ਇੱਥੇ ਉਲਝਣਾ ਨਹੀਂ ਚਾਹੁੰਦਾ ਵੀ ਇੱਥੇ ਉਲਝ ਕੇ ਮੈਂ ਇੱਥੋਂ ਜੋਗਾ ਰਹਿ ਜਾਵਾਂ, ਮੇਰਾ ਜੀ ਕਰਦਾ ਕੌਮ ਵਾਸਤੇ ਕੁਝ ਨਾ ਕੁਝ ਕੀਤਾ ਜਾਵੇ। ਤੋ ਇਹ ਬੇਨਤੀ ਤੁਹਾਡੀ ਖਿਦਮਤ ਵਿੱਚ ਅੱਜ ਬੜੇ ਲਾਲਚ ਦਿੱਤੇ ਜਾ ਰਹੇ ਨੇ, ਤੁਹਾਡੇ ਬੱਚੇ ਫਰੀ, ਤੁਹਾਨੂੰ ਮੈਡੀਕਲ ਸਹੂਲਤ ਫਰੀ, ਤੁਹਾਡੇ ਘਰ ਰਾਸ਼ਨ ਆਵੇਗਾ, ਤੁਹਾਡੇ ਕੋਠੇ ਦੀ ਛੱਤ ਪਾ ਦੇਵਾਂਗੇ। ਆਪਣਾ ਧਰਮ ਛੱਡ ਕੇ ਤੇ ਸਾਡੇ ਧਰਮ ਵਿੱਚ ਆ ਜਾਓ। ਭੈਣੋ ਮੈਂ ਬੇਨਤੀ ਕਰਦਾ, 18ਵੀਂ ਸਦੀ ਦਾ ਇਤਿਹਾਸ ਪੜਿਓ, 18ਵੀਂ ਸਦੀ ਦੇ ਵਿੱਚ ਸਿੱਖਾਂ ਦੇ ਸਿਰ ਤੇ ਛੱਤਾਂ ਨਹੀਂ ਸੀ ਰਹਿ ਗਈਆਂ, ਲੇਕਿਨ ਉਹਨਾਂ ਨੇ ਆਪਣਾ ਧਰਮ ਨਹੀਂ ਸੀ ਛੱਡਿਆ। ਅੱਜ ਸਾਡੇ ਕੋਲ ਸਾਰਾ ਕੁਝ, ਅਸੀਂ ਤਾਂ ਵੀ ਦੂਜੇ ਬੰਨੇ ਭੱਜੇ ਫਿਰਦੇ, ਉਹ ਜਿਨ੍ਹਾਂ ਦਾ ਹੈ ਮੁਬਾਰਕ, ਪਰ ਕੋਈ ਆਪਣਾ ਧਰਮ ਛੱਡ ਕੇ ਦਾੜਾ ਤੇ ਪੱਗ ਲੈ ਕੇ ਜਦੋਂ ਦੂਜੇ ਧਰਮ ਵਿੱਚ ਜਾਂਦਾ ਹੋਵੇਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸੋਚਾਂ ਦੇ ਡੂੰਘੇ ਸਮੁੰਦਰ ਵਿੱਚ ਡੁੱਬ ਜਾਂਦਾ ਹੋਵੇਗਾ, ਉਹ ਇਹਨਾਂ ਦੀ ਖਾਤਰ ਮੈਂ ਆਪਣਾ ਸਰਬੰਸ ਕੁਰਬਾਨ ਕਰਵਾ ਦਿੱਤਾ, ਉਹ ਇਹਨਾਂ ਦੀ ਖਾਤਰ ਮੈਂ ਆਨੰਦਪੁਰ ਸਾਹਿਬ ਛੱਡ ਦਿੱਤਾ, ਇਹਨਾਂ ਦੀ ਖਾਤਰ ਮੈਂ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ, ਪਰ ਇਹਨਾਂ ਨੇ ਮੇਰੇ ਪੁੱਤਰਾਂ ਦੀ ਸ਼ਹਾਦਤ ਦਾ ਮੁੱਲ ਨਹੀਂ ਪਾਇਆ। ਮੈਂ ਦਵਾਈ ਦੇ ਕੇ ਕਹਿੰਦਾ ਜਿਹੜੇ ਗਏ ਨੇ ਉਹ ਵਾਪਸ ਆ ਜਾਣ, ਇਹ ਕੌਮ ਸੀਨੇ ਨਾਲ ਲਾਵੇਗੀ, ਗਰੀਬ ਨਵਾਜ ਮਹਾਰਾਜ ਰਹਿਮਤ ਕਰੇ। ਹਰੀ ਸਿੰਘ ਨਲੂਏ ਨੇ ਦੋ ਟੋਕ ਜਵਾਬ ਦਿੱਤਾ ਸੀ, ਤੇਰਾ ਤੈਨੂੰ ਮੁਬਾਰਕ ਤੇ ਮੇਰਾ ਮੈਨੂੰ ਮੁਬਾਰਕ। ਸਨਮਾਨ ਜੋ ਖਾਲਸਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਦਰਵਾਜ਼ਾ ਬੰਦ ਕਰਨਾ ਹੈ, ਇਹਨੇ ਆਖਿਆ ਮੈਂ ਕਰਾਂਗਾ। ਦਰਾ ਖੈਬਰ ਦੇ ਦਰਵਾਜ਼ੇ ਦੇ ਗਾੜੀ ਕਿਲਾ ਜਮਰੌਦ ਬਣਾਇਆ, ਕਿਲਾ ਮਿਚਨੀ ਬਣਾਇਆ, ਕਿਲਾ ਬਾੜਾ ਬਣਾਇਆ, ਬੁਰਜ ਹਰੀ ਸਿੰਘ ਬਣਾਇਆ, ਕਿਲਾ ਪਿਸ਼ਾਵਰ ਬਣਾਇਆ। ਜਦੋਂ ਦਰਾ ਖੈਬਰ ਦਰਵਾਜ਼ੇ ਦੇ ਸਾਹਮਣੇ ਵਿਛਾ ਦਿੱਤੇ ਕਿਲਿਆਂ ਦੇ ਜਾਲ, ਤੇ ਕਾਬਲ ਦੇ ਵਿੱਚ ਬੈਠਾ ਹੋਇਆ ਅਮੀਰ ਦੋਸਤ ਮੁਹੰਮਦ ਖਾਂ, ਉਹਨੂੰ ਲੱਗ ਉੱਠੀ ਅੱਗ, ਉਹਨੇ ਆਖਿਆ ਅੱਜ ਇਹ ਲੋਕ ਇਸ ਦਰਵਾਜ਼ੇ ਤੱਕ ਆਏ ਨੇ, ਉਹ ਦਿਨ ਦੂਰ ਨਹੀਂ ਜਿੱਦਣ ਕਾਬਲ ਤੇ ਆਣ ਕੇ ਪਿਸ਼ਾਵਰ ਤੇ ਆਣ ਕੇ ਕਬਜ਼ਾ ਕਰ ਲੈਣਗੇ। ਲੋ ਉਹਨੇ ਕੀਤਾ ਜੀ ਆਪਣੇ ਧਰਮ ਦਾ ਝੰਡਾ ਖੜਾ, ਉਹਦੇ ਥੱਲੇ ਆਪਣੇ ਪੰਜ ਪੁੱਤਰ ਖਲਿਆਰ ਕੇ ਮਿਰਜ਼ਾ ਸੰਮੀ ਖਾਨ ਸੈਨਾਪਤੀ ਬਣਾ ਕੇ ਜੋ ਕੁਝ ਧਰਮ ਦੇ ਝੰਡੇ ਥੱਲੇ ਖਲੋ ਕੇ ਦੋਸਤ ਮੁਹੰਮਦ ਖਾਨ ਕਹਿੰਦਾ ਉਹਨਾਂ ਲਾਈਨਾਂ ਨੂੰ ਲਾਲੂ
ਰੁਕਮਣ ਦਾ ਢਾਡੀ ਜਥਾ ਇਉਂ ਬੇਨਤੀ
1837 ਈਸਵੀ ਤੇ ਧਰਮ ਦਾ ਝੰਡਾ ਖੜਾ ਕੀਤਾ ਦੋਸਤ ਮੁਹੰਮਦ ਖਾਨ ਨੇ। ਇਹਨੇ ਆਪਣਾ ਜਹਾਦ ਦਾ ਝੰਡਾ ਖੜਾ ਕਰਕੇ ਆਖਿਆ, ਕਹਿਣ ਲੱਗਾ ਇਹ ਹੋਣ ਲੱਗੀ ਆ ਧਰਮ ਦੀ ਜੰਗ, ਧਰਮ ਦਾ ਯੁੱਧ, ਜਹਾਦ ਦੀ ਜੰਗ। ਤੇ ਜੇ ਅੱਜ ਇਹ ਜੰਗ ਹਾਰ ਗਏ ਸਾਡੀ ਕੌਮ ਦੁਬਾਰਾ ਕਦੇ ਦੁਨੀਆ ਦੇ ਤਖਤੇ ਤੇ ਖਲੋ ਨਹੀਂ ਸਕੇਗੀ। ਇਹ ਜੰਗ ਜਿੱਤਣੀ ਸਾਡੇ ਵਾਸਤੇ ਜ਼ਰੂਰੀ ਹੈ। ਫਿਰ ਪੈਣੋ ਨੋਟ ਕਰਿਓ, ਉਹ ਕੱਟ ਨਹੀਂ ਜਿਨ੍ਹਾਂ ਦੇ ਅਸੀਂ ਦੰਦ ਖੱਟੇ ਕੀਤੇ ਨਾ, ਜਿਨ੍ਹਾਂ ਦੇ ਅਸੀਂ ਦੰਦ ਖੱਟੇ ਕੀਤੇ ਉਹਨਾਂ ਨੇ ਪੂਰੇ ਵਿਸ਼ਵ ਦੇ ਦੰਦ ਖੱਟੇ ਕੀਤੇ ਸੀ। ਪੂਰੇ ਵਿਸ਼ਵ ਦੇ ਦੰਦ ਮਰਹੱਟੇ ਉਹਨਾਂ ਗੋਡਿਆਂ ਥੱਲੇ ਲੈ, ਮਰਾਠੇ ਉਹਨਾਂ ਗੋਡਿਆਂ ਥੱਲੇ ਲੈ, ਤੁਗਲਕ ਉਹਨਾਂ ਗੋਡਿਆਂ ਥੱਲੇ ਲੈ। ਲੇਕਿਨ ਜਿਨ੍ਹਾਂ ਨੇ ਪੂਰੀ ਦੁਨੀਆਂ ਤੇ ਧੌਣਕ ਜਮਾਈ ਹੋਈ ਸੀ ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੇ ਰੱਖਿਆ, ਤੁਹਾਡੀ ਧੌਣ ਤੇ ਗੋਡਾ ਉਹਦੇ ਤੋਂ ਬਾਅਦ ਅੱਜ ਤੱਕ ਨਹੀਂ ਕੋਈ ਰੱਖ ਸਕਿਆ। ਅਸੀਂ ਆਪੇ ਰਖਾਈ ਜਾਈਏ ਤੇ ਸਾਡੀ ਬਦਕਿਸਮਤ, ਬਦੋ ਬਦੀ ਕਿਸੇ ਦੇ ਗਾੜੀ ਧੌਣ ਕਰੀ ਜਾਈਏ ਨਾ, ਫਿਰ ਰੱਖ ਗੋਡਾ ਤੇ ਰਖਾਉਣ ਵੀ ਡਏ ਆ। ਖੈਰ ਸਨਮਾਨ ਜੋ ਖਾਲਸਾ ਜੀ, ਉਹਨੇ ਧਰਮ ਦਾ ਝੰਡਾ ਖੜਾ ਕਰਕੇ ਉਹਨੇ ਆਖਿਆ ਜੇ ਅੱਜ ਜੰਗ ਜਿੱਤ ਗਏ ਤੇ ਸਾਡਾ ਧਰਮ ਰਹੇਗਾ, ਵਰਨਾ ਸਾਡਾ ਧਰਮ ਨਹੀਂ ਰਹੇਗਾ। ਮਾਵਾਂ ਨੇ ਪੁੱਤ ਤੋਰੇ, ਭੈਣਾਂ ਨੇ ਭਰਾ ਤੋਰੇ, ਉਹਨਾਂ ਆਖਿਆ ਮਰ ਭਾਵੇਂ ਜਾਇਓ ਪਰ ਹਾਰ ਕੇ ਵਾਪਸ ਨਾ ਆਇਓ, ਉਹਨਾਂ ਲੋਕਾਂ ਦੀ ਵੀ ਦਾਤ ਦੇਣੀ ਪਵੇਗੀ। ਜਦੋਂ ਤੁਸੀਂ ਇਤਿਹਾਸ ਦਾ ਪਲੜਾ ਇਉਂ ਲੈ ਕੇ ਚੱਲੋਗੇ ਨਾ, ਇੱਕ ਉੱਚਾ ਇੱਕ ਨੀਵਾਂ, ਫਿਰ ਤੁਹਾਡਾ ਇਤਿਹਾਸ ਛੁਟਿਆਇਆ ਜਾਵੇਗਾ। ਜਿਨ੍ਹਾਂ ਦੇ ਨਾਲ ਸਾਡਾ ਦਸਤ ਪੰਜਾ ਪੈਂਦਾ ਰਿਹਾ ਉਹਨਾਂ ਨੂੰ ਪਠਾਨ ਕਹਿੰਦੇ, ਪਠਾਨ ਤੇ ਪਠਾਨ ਕੌਮ ਕਿਸੇ ਕੋਲ ਸੂਤਰ ਨਹੀਂ ਆਈ ਤੁਹਾਡੇ ਤੋਂ ਸਿਵਾਏ। ਫਿਰ 35,000 ਮੁਲਖਈਆ ਝੰਡੇ ਦੇ ਥੱਲੇ ਕੀਤਾ, ਖੜਾ ਕੀਤਾ ਤੇ ਲੋਕਾਂ ਨੇ ਮੂੰਹ ਚ ਉਂਗਲਾਂ ਪਾਈਆਂ, ਪਤਾ ਕਦੋਂ? ਜਦੋਂ ਦੋਸਤ ਮੁਹੰਮਦ ਖਾਨ ਨੇ ਆਪਣੇ 5 ਪੁੱਤ ਝੰਡੇ ਥੱਲੇ ਲਿਆਣ ਕੇ ਖੜੇ ਕੀਤੇ, ਉਹਦੇ 5 ਸੀ, ਉਹਨੇ 5 ਦੇ 5 ਲੈ ਆਂਦੇ। ਉਹਨੇ ਆਪਣੇ 5 ਪੁੱਤਰਾਂ ਨੂੰ ਆਖਿਆ, ਓਏ ਮਰ ਭਾਵੇਂ 5 ਦੇ 5 ਜਾਇਓ ਪਰ ਹਾਰ ਕੇ ਮੈਨੂੰ ਮੂੰਹ ਨਾ ਵਿਖਾਇਓ। ਤੇ ਉਹਨੂੰ ਕਿਵੇਂ ਮਾੜਾ ਕਹਿ ਦਈਏ ਜਿਹਨੇ ਆਪਣੇ ਧਰਮ ਵਾਸਤੇ 5 ਪੁੱਤਰ ਮੈਦਾਨੇ ਜੰਗ 'ਚ ਭੇਜੇ। ਉਹਨੇ ਆਖਿਆ ਮਰ ਭਾਵੇਂ ਜਾਇਓ, ਹਾਰ ਕੇ ਵਾਪਸ ਨਾ ਆਇਓ। 5 ਪੁੱਤਰਾਂ ਨੇ ਆਖਿਆ ਅੱਬਾ ਜਾਨ, ਤੇਰੇ ਨਾਲ ਵਾਅਦਾ ਕਰਦੇ ਤੁਹਾਡੇ ਨਾਲ ਹਾਰ ਕੇ ਵਾਪਸ ਨਹੀਂ ਆਵਾਂਗੇ, 5 ਮਰ ਭਾਵੇਂ ਜਾਈਏ। ਇਹਨਾਂ ਦੇ ਵਿੱਚ ਨਾ ਜੀ ਇਹਦਾ ਇੱਕ ਮੁੰਡਾ ਸੀ ਮੁਹੰਮਦ ਅਫਜ਼ਲ ਖਾਨ, ਗਾੜੀ ਉਹਦਾ ਇੱਕ ਮੁੰਡਾ ਸੀ ਮੁਹੰਮਦ ਅਫਜ਼ਲ ਖਾਨ ਦਾ ਮੁੰਡਾ, ਉਹ ਪੜਦਾ ਸੀ ਲਾਹੌਰ। ਤੇ ਹਰੀ ਸਿੰਘ ਨਲੂਗੇ ਦਾ ਪੋਤਰਾ ਜਵਾਹਰ ਸਿੰਘ ਦਾ ਮੁੰਡਾ ਵੀ ਲਾਹੌਰ ਉਸੇ ਸਕੂਲ ਚ ਪੜਦਾ। ਤੇ ਦੋਸਤ ਮੁਹੰਮਦ ਖਾਨ ਦਾ ਪੋਤਰਾ ਆਇਆ ਬੱਗੀ ਚ ਬਹਿ ਕੇ ਤੇ ਪ੍ਰਿੰਸੀਪਲ ਨੂੰ ਆਣ ਕੇ ਕਹਿੰਦਾ ਵੀ ਮੈਂ ਨਾ ਹਰੀ ਸਿੰਘ ਨਲੂਗੇ ਦੇ ਪੋਤਰੇ ਨੂੰ ਮਿਲਣਾ, ਜਵਾਹਰ ਸਿੰਘ ਦੇ ਮੁੰਡੇ ਨੂੰ। ਤੇ ਪ੍ਰਿੰਸੀਪਲ ਨੇ ਪੀਅਨ ਘੱਲਿਆ ਕਲਾਸ ਵਿੱਚ ਵੀ ਜਾ ਹਰੀ ਸਿੰਘ ਨਲੂਗੇ ਦਾ ਪੋਤਰਾ ਸੱਦ ਕੇ ਲਿਆ ਜਵਾਹਰ ਸਿੰਘ ਦਾ ਮੁੰਡਾ। ਤੇ ਪੀਅਨ ਨੇ ਜਾ ਕੇ ਆਖਿਆ ਵੀ ਤੁਹਾਨੂੰ ਨਾ ਦੋਸਤ ਮੁਹੰਮਦ ਖਾਨ ਦਾ ਮੁੰਡਾ ਮਿਲਣਾ ਆ ਪ੍ਰਿੰਸੀਪਲ ਦੇ ਰੂਮ ਵਿੱਚ ਤੇ ਤੁਸੀਂ ਚੱਲੋ। ਹਰੀ ਸਿੰਘ ਨਲੂਗੇ ਦੇ ਪੋਤਰੇ ਨੇ ਪਤਾ ਕੀ ਆਖਿਆ, 10 ਸਾਲਾਂ ਦੇ ਪੋਤਰੇ ਨੇ, ਤੁਸੀਂ ਵੀ ਆਪਣੇ ਬੱਚਿਆਂ ਨੂੰ ਪੂਰੀ ਸਿੱਖ ਮਤ ਦਿਆ ਕਰੋ। 10 ਸਾਲਾਂ ਦੇ ਹਰੀ ਸਿੰਘ ਨਲੂਗੇ ਦੇ ਪੋਤਰੇ ਨੇ ਪਤਾ ਕੀ ਕਿਹਾ, ਉਹ ਕਹਿੰਦਾ ਜਿੱਤੇ ਹੋਏ ਲੋਕ ਹਾਰਿਆਂ ਨੂੰ ਮਿਲਣ ਨਹੀਂ ਜਾਂਦੇ, ਹਾਰੇ ਹੋਏ ਲੋਕ ਜਿੱਤਿਆਂ ਨੂੰ ਮਿਲਣ ਆਉਂਦੇ ਨੇ। ਉਹਨੂੰ ਕਹੋ ਜੇ ਤੈਨੂੰ ਮਿਲਣ ਦਾ ਚਾਹ ਤੇ ਮੈਂ ਹਰੀ ਸਿੰਘ ਨਲੂਗਾ ਜਿਹਨੇ ਤੇਰੇ ਪਿਓ ਦੀ ਹਿੱਕ ਤੇ ਤੇਰੇ ਦਾਦੇ ਦੀ ਹਿੱਕ ਤੇ ਗੋਡਾ ਰੱਖਿਆ, ਮੈਨੂੰ ਮਿਲਣਾ ਤੇ ਮੇਰੀ ਕਲਾਸ ਵਿੱਚ ਆਣ ਕੇ ਮਿਲ, ਮੈਨੂੰ ਚਾਹ ਨਹੀਂ ਚੜਿਆ ਤੈਨੂੰ ਮੈਂ ਪ੍ਰਿੰਸੀਪਲ ਦੇ ਦਫ਼ਤਰ ਆਣ ਕੇ ਮਿਲਾਂ। ਇਹ ਹੈ ਸਾਡੇ ਵੱਡਿਆਂ ਦਾ ਖੂਨ, ਉਹ ਗੈਰਤ ਸਾਡੇ ਵਿੱਚ ਹੋਣੀ ਚਾਹੀਦੀ ਹੈ। ਖੈਰ ਸਨਮਾਨ ਜੋ ਖਾਲਸਾ ਜੀ, ਇਹ ਲੁੰਡੀ ਖਾਨੇ ਲੈ ਕੇ ਦਾਲੇ ਆਣ ਕੇ ਗਿਆ ਪਹੁੰਚ, ਪਹਿਲੋ 35,000, ਮੁੜ ਕੇ ਰਾਹ ਵਿੱਚ ਪਤਾ ਲੱਗਾ ਤੇ ਗਿਣਤੀ ਹੋ ਗਈ 45,000 ਤੇ
45,000 ਨੇ ਘੇਰਾ ਪਾ ਲਿਆ ਜਮਰੌਦ ਦੇ ਕਿਲੇ ਨੂੰ। ਜਦੋਂ ਪਾ ਲਿਆ ਨਾ ਘੇਰਾ ਜਮਰੌਦ ਦੇ ਕਿਲੇ ਨੂੰ, ਅੰਦਰ ਪਤਾ ਬੰਦਾ ਕਿੰਨਾ? 1200, ਘੇਰਾ ਪਾਉਣ ਵਾਲਾ 50,000, ਲੜਨ ਵਾਲੇ 1200, ਉਹਨਾਂ ਦੇ ਕੋਲ ਨੇ 10 ਵੱਡੀਆਂ ਤੋਪਾਂ ਤੇ 12 ਛੋਟੀਆਂ ਤੋਪਾਂ। ਇੰਨਾ ਕੀ ਅਸਲਾ ਉਹਨਾਂ ਦੇ ਕੋਲ ਹੈ, 1200 ਬੰਦਾ ਵਿਚਾਰਾ ਲੜਨ ਵਾਲਾ, ਤੇ ਸਮਰਾ ਸਨਮਾਨ ਜੋ ਖਾਲਸਾ ਜੀ। ਇਹ ਕਿਲਾ ਜਿੱਦਣ ਹਰੀ ਸਿੰਘ ਨਲੂਏ ਨੇ ਬਣਾਇਆ ਸੀ ਨਾ 1836 ਵਿੱਚ, 3 ਮਹੀਨਿਆਂ 'ਚ ਕਿਲਾ ਬਣਾਇਆ ਸੀਗਾ। ਇਹਦਾ ਨਾਂ ਬਦਲ ਕੇ ਰੱਖਿਆ ਸੀ ਕਿਲਾ ਫਤਿਹਗੜ੍ਹ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਜੀ ਦੇ ਨਾਂ ਤੇ ਇਹਦਾ ਨਾਂ ਰੱਖਿਆ, ਘੇਰਾ ਗਿਆ। ਇਹ ਕਿਲੇ ਦਾ ਜਥੇਦਾਰ ਹੈ ਸਰਦਾਰ ਮਹਾਂ ਸਿੰਘ ਮੀਰਪੁਰੀਆ, ਹਰੀ ਸਿੰਘ ਨਲੂਏ ਦਾ ਪਾਲਤੂ ਪੁੱਤਰ। ਤੇ ਮਹਾਂ ਸਿੰਘ ਨੂੰ ਪਤਾ ਲੱਗਾ ਵੀ ਘੇਰਾ ਪੈ ਗਿਆ। ਮਹਾਂ ਸਿੰਘ ਸਰਦਾਰ ਲਲਕਾਰ ਕਹਿੰਦਾ, ਹੋ ਜੋ ਜੰਗ ਦੇ ਲਈ ਤਿਆਰ ਸਿੰਘੋ, ਵੈਰੀ ਆਣ ਮੈਦਾਨ ਦੇ ਵਿੱਚ ਲੱਥੇ ਸਾਡੀ ਅਣਖ ਨੂੰ ਰਹੇ ਵੰਗਾਰ ਸਿੰਘੋ, ਅੱਜ ਪੱਗ ਪੰਜਾਬ ਦੀ ਹੱਥ ਸਾਡੇ। ਉਹ ਮੇਰੇ ਨੌਜਵਾਨ ਵੀਰੋ, ਅੱਜ ਵੀ ਪੱਗ ਪੰਜਾਬ ਦੀ ਤੁਹਾਡੇ ਹੱਥ ਵਿੱਚ ਜੇ, ਅੱਜ ਪੱਗ ਪੰਜਾਬ ਦੀ ਹੱਥ ਤੁਹਾਡੇ। ਖੇਰਾ ਵਾਂਗ ਉੱਠੋ ਪਪਕਾਰ ਸਿੰਘੋ, ਉਹ ਦਾਈਆ ਸੂਰਮੇ ਨੂੰ ਸਿਰਾਂ ਨਾਲ ਹੁੰਦਾ ਜਿੱਤ ਹਾਰ ਦੀ ਜਾਣੇ ਕਰਤਾਰ ਸਿੰਘੋ। ਉਹਨੇ ਆਖਿਆ, ਯਾਦ ਰੱਖੋ, ਉਹ ਕਿਤੇ ਚਮਕੌਰ ਦੀ ਗੜੀ ਨੂੰ ਯਾਦ ਕਰ ਲਓ, ਇੱਕ ਬੰਨੇ 40, ਦੂਜੇ ਬੰਨੇ 1,00,000, ਅੱਜ ਅਸੀਂ 1200 ਤੇ ਘੇਰਾ ਪਾਉਣ ਵਾਲਾ 50,000। ਤੇ ਸਿੰਘਾਂ ਨੇ ਗਾੜੀਓਂ ਜਵਾਬ ਦਿੱਤਾ, ਕਹਿੰਦੇ ਸਰਦਾਰ ਮਾਂ ਸਿਆ, ਇੱਕ ਵਾਰੀ ਤੂੰ ਕਿਲੇ ਦਾ ਦਰਵਾਜ਼ਾ ਖੋਲ, ਜੇ ਫੱਕੀਆਂ ਨਾ ਡਾ ਕੇ ਰੱਖ ਦਿੱਤੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਨਾ ਕਰੀ। ਹਰੀ ਸਿੰਘ ਨਲੂਏ ਨੇ ਆਖਿਆ, ਲੜਾਈ ਮਾਫ ਕਰਨਾ, ਮਹਾਂ ਸਿੰਘ ਨੇ ਆਖਿਆ, ਕਹਿੰਦਾ ਲੜਾਈ ਦੇ 2.5 ਫੱਟ ਹੁੰਦੇ ਨੇ, 2.5, ਉਹ ਆਪਾਂ 2.5 ਫੱਟ ਵਰਤਣੇ, ਇਸ ਤਰ੍ਹਾਂ ਨਹੀਂ। ਹੁਣ ਕਰਕੇ ਨਾ ਜੀ ਮੁਲਖਈਆ ਇਕੱਠਾ, ਸਰਦਾਰ ਮਹਾਂ ਸਿੰਘ ਨੇ ਇੱਕ ਕੀਤਾ ਕਹਿਰੀ ਹੱਲਾ। ਇਤਿਹਾਸਕਾਰ ਲਿਖਦੇ ਨੇ 50,000 ਦੇ ਪੈਰ ਉਖੜ ਗਏ, 50,000 ਦੇ 1200 ਨੇ ਹੱਲਾ ਕੀਤਾ, 50,000 ਦੇ ਪੈਰ ਉਖੜੇ। ਸ਼ਾਮਾਂ ਤੱਕ ਲੜਾਈ ਚੱਲਦੀ ਰਹੀ, ਸ਼ਾਮਾਂ ਤੱਕ। ਜਦੋਂ ਸ਼ਾਮਾਂ ਤੱਕ ਤੋਪਾਂ ਦੁਣ ਦਨਾਈਆਂ, ਤੋਪਾਂ ਦੇ ਗੋਲੇ ਚੱਲੇ, ਤੇ ਇਸ ਕਿਲੇ ਦੀ ਇੱਕ ਦੀਵਾਰ ਢਹਿ ਕੇ ਜ਼ਮੀਨ ਦੇ ਨਾਲ ਮਿਲ ਗਈ, ਸਾਹਮਣੇ 22 ਦਰਵਾਜ਼ੇ ਦੇ ਲਾਗੋ ਢਹਿ ਗਈ। ਤੇ ਸ਼ਮੀ ਖਾਨ ਦੇ ਕੋਲ ਬੈਠਾ ਦੋਸਤ ਮੁਹੰਮਦ ਖਾਨ ਦਾ ਵੱਡਾ ਪੁੱਤਰ ਮੁਹੰਮਦ ਅਕਬਰ ਖਾਨ। ਉਹਨੇ ਸ਼ਮੀ ਖਾਨ ਨੂੰ ਆਖਿਆ, ਕਹਿੰਦਾ ਚਾਚਾ ਜਾਨ, ਜੇ ਤੁਸੀਂ ਹੁਕਮ ਕਰੋ, ਅੱਧੀ ਰਾਤੋਂ ਰਾਤ ਟੱਪ ਚੁੱਕੀ ਹੈ, ਜੇ ਤੁਸੀਂ ਹੁਕਮ ਕਰੋ ਤੇ ਮੈਂ ਸਿੱਖਾਂ ਨੂੰ ਸੁੱਤਿਆਂ ਨੂੰ ਨੱਪ ਸਕਦਾ। ਤੇ ਗਾੜੀਓਂ ਪਤਾ ਕੀ ਜਵਾਬ ਦਿੱਤਾ ਸ਼ਮੀ ਖਾਨ ਨੇ? ਵੇਖੋ, ਗੈਰ ਬੰਦਾ ਵੀ ਤੁਹਾਡੀ ਤਾਕਤ ਜਾਣਦਾ, ਪਰ ਤੁਸੀਂ ਆਪਣੀ ਤਾਕਤ ਨਹੀਂ ਜੇ ਜਾਣਦੇ, ਮੈਨੂੰ ਮਾਫ਼ੀ ਦੇ ਦਿਓ, ਮੈਂ ਦੋਵਾਂ ਹੱਥ ਜੋੜ ਕੇ ਮਾਫ਼ੀ ਮੰਗਦਾ। ਗੈਰ ਬੰਦਾ ਤੁਹਾਡੀ ਤਾਕਤ ਜਾਣਦਾ ਵੀ ਤੁਹਾਡੇ 'ਚ ਕੀ ਤਾਕਤ ਹੈ, ਪਰ ਸਾਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ ਵੀ ਸਾਡੇ 'ਚ ਕਿਹੜੀ ਤਾਕਤ ਹੈ। ਉਹਨੇ ਪਤਾ ਕੀ ਆਖਿਆ ਮੁਹੰਮਦ ਅਕਬਰ ਖਾਨ ਨੂੰ? ਕਹਿੰਦਾ, ਓਏ ਪੁੱਤਰਾ, ਬਹਿ ਜਾ ਚੁੱਪ ਕਰਕੇ। 8 ਦਿਨਾਂ ਦਾ ਸਿੱਖ ਮਰਿਆ ਪਿਆ ਹੋਵੇ ਨਾ, 8 ਦਿਨਾਂ ਦਾ ਸਿੱਖ, ਤੇ ਜੇ ਉਹਦੇ ਕੰਨ ਦੇ ਲਾਗੇ ਜਾ ਕੇ ਕਹਿ ਦਈਏ ਨਾ ਕਿ ਮੈਂ ਤੇਰੀ ਪੰਜਾਬ ਦੀ ਧਰਤੀ ਤੇ ਕਦਮ ਰੱਖ ਕੇ ਤੁਹਾਨੂੰ ਗੁਲਾਮ ਬਣਾਉਣ ਵਾਸਤੇ ਆਇਆ, 8 ਦਿਨਾਂ ਦਾ ਮਰਿਆ ਸਿੱਖ ਉੱਠ ਕੇ ਜਕਾਰਾ ਛੱਡ ਕੇ ਇਹ ਗੱਲ ਕਹਿੰਦਾ, ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਈ। ਅਜੇ ਤੇ 1,000 ਜਿਉਂਦਾ ਇਹਨਾਂ ਦਾ, ਤੇ ਮਰਿਆ ਹੀ 200 ਆ, ਇਹ ਤੇ 1,000 ਜਿਉਂਦਾ, ਕਿਉਂ ਤੇਰੀ ਮੌਤ ਚੁੱਕੀ ਫਿਰਦੀ ਆ? ਉਹਨੇ ਲਿਆ ਬਿਠਾ। ਉਧਰੋਂ ਸਰਦਾਰ ਮਹਾਂ ਸਿੰਘ ਨੇ ਤੁਹਾਡੇ ਵਰਗੇ ਬੈਠੇ ਸੂਰਮੇ, ਮਹਾਂ ਸਿੰਘ ਨੇ ਆਖਿਆ, ਗੁਰਮੁਖੋ ਦੋ ਕੰਮ ਰਾਤ ਰਾਤ ਕਰਨੇ। ਸਿੱਖ ਆਖਿਆ, ਕਿਹੜਾ ਕਿਹੜਾ? ਸਰਦਾਰ ਮਹਾਂ ਸਿੰਘ ਨੇ ਆਖਿਆ, ਇੱਕ ਤੇ ਬਣਾਉਣੀ ਦੀਵਾਰ, ਰਾਤੋ ਰਾਤ ਬੋਰੀਆਂ ਭਰੋ ਰੇਤ ਦੀਆਂ ਮਿੱਟੀ ਦੀਆਂ, ਇਹ ਦੀਵਾਰ ਬਣਾਉਣੀ, ਇੱਕ ਮੈਂ ਲਿਖੀ ਹੈ ਚਿੱਠੀ, ਇਹ ਚਿੱਠੀ ਪਹੁੰਚਾਉਣੀ ਹੈ ਸਰਦਾਰ ਹਰੀ ਸਿੰਘ ਨਲੂਏ ਨੂੰ ਪਿਸ਼ਾਵਰ ਦੇ ਕਿਲੇ ਦੇ ਵਿੱਚ। ਜਮਰੌਦ ਤੋਂ ਪਿਸ਼ਾਵਰ ਪਤਾ ਕਿੰਨਾ? 1200। ਇਹ
ਚਿੱਠੀ ਪਹੁੰਚਾਉਣੀ ਹੈ ਪਿਸ਼ਾਵਰ ਦੇ ਕਿਲੇ ਵਿੱਚ। ਇਹਦੇ ਤੋਂ ਪਹਿਲਾਂ ਕੋਈ ਨੌਜਵਾਨ ਮੁੰਡਾ ਉੱਠਦਾ, ਕੋਈ ਬਜ਼ੁਰਗ ਉੱਠਦਾ, ਭੈਣੋ ਤੁਹਾਡੇ ਵਰਗੀ ਇੱਕ ਬੀਬੀ ਉੱਠੀ ਕਮਰ ਕੱਸਾ ਕਰਕੇ, ਤੁਹਾਡੇ ਵਰਗੀ ਇੱਕ ਬੀਬੀ। ਉਹ ਬੀਬੀ ਨੇ ਆਖਿਆ, ਕਹਿਣ ਲੱਗੀ, ਜਥੇਦਾਰ ਸਾਹਿਬ ਇਹ ਚਿੱਠੀ ਮੈਂ ਸਰਦਾਰ ਹਰੀ ਸਿੰਘ ਨਲੂਏ ਨੂੰ ਪਹੁੰਚਾਵਾਂ। ਤੇ ਸਿੱਖਾਂ ਨੇ ਆਖਿਆ, ਕਹਿਣ ਲੱਗੇ, ਸਰਦਾਰ ਮਹਾਂ ਸਿੰਘ ਜੀ ਇਹ ਕੰਮ ਨਾ ਕਰਿਓ, ਇਹ ਹੈ ਸਾਡੀ ਪੱਗ, ਇਹ ਹੈ ਭੈਣ ਸਾਡੀ ਇੱਜ਼ਤ, ਤੇ ਜੇ ਇਹਦੇ ਨਾਲ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਕੋਈ ਅਭੀ ਨਬੀ ਹੋ ਗਈ ਤੇ ਕੌਮ ਸਾਨੂੰ ਕਦੇ ਮਾਫ ਨਹੀਂ ਕਰੇਗੀ। ਤੇ ਗਾੜੀਓ ਬੀਬੀ ਨੇ ਜਵਾਬ ਪਤਾ ਕੀ ਦਿੱਤਾ ਭੈਣੋ? ਉਹ ਕਹਿੰਦੀ, ਮੇਰੇ ਦੋ ਸਵਾਲ ਆ, ਤੁਹਾਨੂੰ ਜਵਾਬ ਦੇ ਦਿਓ, ਮੈਂ ਚਿੱਠੀ ਲੈ ਕੇ ਨਹੀਂ ਜਾਂਦੀ। ਸਿੰਘਾਂ ਨੇ ਆਖਿਆ, ਦੱਸੋ। ਉਹ ਬੀਬੀ ਨੇ ਆਖਿਆ ਵੀ ਜਦੋਂ ਤੁਸੀਂ ਖੰਡੇ ਬਾਟੇ ਦੀ ਪੌਲ ਲਈ ਤੇ ਬਾਣੀਆਂ ਕਿੰਨੀਆਂ ਪੜੀਆਂ? ਉਹਨਾਂ ਆਖਿਆ ਪੰਜ। ਬੀਬੀ ਨੇ ਆਖਿਆ, ਜਦੋਂ ਮੈਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਕਿੰਨੀਆਂ ਬਾਣੀਆਂ ਪੜੀਆਂ? ਸਿੰਘਾਂ ਨੇ ਆਖਿਆ ਪੰਜ। ਤੇ ਬੀਬੀ ਨੇ ਆਖਿਆ, ਤੁਹਾਡੇ ਨਾਮ ਦੇ ਨਾਲ ਕੀ ਲੱਗਦਾ? ਕਹਿੰਦੇ ਸਿੰਘ। ਤੇ ਬੀਬੀ ਨੇ ਆਖਿਆ, ਮੇਰੇ ਨਾਮ ਦੇ ਨਾਲ ਲੱਗਦਾ ਕੌਰ। ਇਹ ਕੌਰ ਸ਼ਬਦ ਪਤਾ ਕਿੱਥੋਂ ਆਇਆ? ਤੁਹਾਡੇ ਵਿੱਚ ਦਸਮ ਗ੍ਰੰਥ ਦੇ ਪਾਠੀ ਹੋਣ, ਉਹਨਾਂ ਨੂੰ ਮੇਰੇ ਨੂੰ ਵੱਧ ਪਤਾ। 84 ਲੱਖ ਜੂਨ ਬਣਾਈ ਹੈ ਭੈਣੋ ਰੱਬ ਨੇ, ਆਪਣੇ ਨਾਂ ਦੇ ਨਾਲ ਉਹ ਕੌਰ ਨਾ ਕਦੀ ਵੀ ਕੱਟਿਓ। ਦਸਮ ਗ੍ਰੰਥ ਦੀ ਬਾਣੀ ਪੜੋ, ਉਹਦੇ ਵਿੱਚ ਇੱਕ ਸ਼ਬਦ ਹੈ, ਉਹਦੇ ਵਿੱਚ ਇੱਕ ਪੰਛੀ ਦਾ ਜ਼ਿਕਰ ਆਉਂਦਾ, ਪੰਛੀ ਦਾ ਨਾਮ ਹੈ ਕੌਰ। ਤੇ ਕੌਰ ਪੰਛੀ ਦਾਣੇ ਨਹੀਂ ਜੇ ਚੁੱਕਦਾ, ਕੌਰ ਪੰਛੀ ਮਰਿਆ ਸ਼ਿਕਾਰ ਨਹੀਂ ਜੇ ਖਾਂਦਾ, ਬਾਹਰ ਪਿਆ ਉਹ ਪਤਾ ਕੀ ਖਾਂਦਾ ਹੈ? ਭੁੱਖਾ ਮਰ ਭਾਵੇਂ ਜਾਵੇ, ਜਦੋਂ ਸ਼ੇਰ ਸ਼ਿਕਾਰ ਕਰਕੇ ਮਾਸ ਖਾ ਕੇ ਧੁੱਪੇ ਲੰਮੇ ਪੈਂਦਾ, ਜਦੋਂ ਸ਼ੇਰ ਬਾਸੀ ਲੈਂਦਾ ਮੂੰਹ ਖੋਲਦਾ, ਉਹਦੀ ਦਾੜ ਦੇ ਵਿੱਚੋਂ ਮਾਸ ਕੱਢ ਕੇ ਖਾਂਦਾ ਕੌਰ ਪੰਛੀ, ਉਹ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਨਾਂ ਦਿੱਤਾ। ਪਰ ਅੱਜ ਕੌਰ ਸ਼ਬਦ ਕਹਿਣ ਤੋਂ ਸ਼ਰਮ ਆਉਂਦੀ ਹੈ, ਸਿੰਘ ਸ਼ਬਦ ਕਹਿਣ ਤੋਂ ਵੀ ਸ਼ਰਮ ਆਉਂਦੀ। ਇਹ ਕੌਣ ਨੇ? ਢਿੱਲੋਂ ਸਾਹਿਬ ਆਏ ਨੇ। ਇਹ ਕੌਣ ਨੇ? ਇਹ ਗਿੱਲ ਸਾਹਿਬ ਆਏ ਨੇ। ਇਹ ਕੌਣ ਨੇ? ਇਹ ਬੈਂਸ ਸਾਹਿਬ ਆਏ ਨੇ। ਇਹ ਕੌਣ ਨੇ? ਇਹ ਚੀਮੇ ਸਰਦਾਰ ਆਏ ਨੇ। ਇਹ ਕੌਣ ਨੇ? ਇਹ ਸ਼ੀਨੇ ਸਰਦਾਰ ਆਏ ਨੇ। ਇੱਕ ਬੇਨਤੀ ਕਰਦਾ, ਇਹ ਬਦ ਬਲਾ ਆਪਣੇ ਨਾਲੋਂ ਲਾ ਕੇ ਤੇ ਕੱਲਾ ਸਿੰਘ ਸ਼ਬਦ ਰੱਖੋਗੇ ਤੁਹਾਡਾ ਰਾਜ ਭਾਗ ਆਵੇਗਾ। ਜਦੋਂ ਤੱਕ ਅਸੀਂ ਸਿੰਘ ਸ਼ਬਦ ਨੂੰ ਕਲਾਵੇ ਵਿੱਚ ਨਹੀਂ ਲੈਂਦੇ, ਨਾ ਰਾਜ ਆਵੇ ਤੁਹਾਡਾ ਅੱਜ, ਨਾ ਰਾਜ ਆਵੇ ਤੁਹਾਡਾ ਕੱਲ। ਮਾਫੀ ਦਿਓ, ਆ ਕਿੰਨੇ ਕੁ ਗਾੜੀ ਮੇਰੇ ਨੌਜਵਾਨ ਵੀਰ ਨੇ ਜਿਹੜੇ ਸਿੰਘ ਸ਼ਬਦ ਲਿਖਵਾ ਕੇ ਖੁਸ਼ ਹੁੰਦੇ ਨੇ, ਕਿੰਨੇ ਕਿੰਨੇ ਵਿਚਾਰੇ? ਬਹੁਤ ਘੱਟ ਹੋਣਗੇ ਜਿਹੜੇ ਸਿੰਘ ਸ਼ਬਦ ਲਿਖਵਾ ਕੇ ਆਪਣੇ ਆਪ ਤੇ ਫਖਰ ਮਹਿਸੂਸ ਕਰਦੇ ਹੋਣਗੇ, ਜਿਹੜੇ ਕਹਿੰਦੇ ਹੋਣਗੇ ਏਅਰਪੋਰਟ ਤੇ ਜਾ ਕੇ, ਮੇਰਾ ਨਾਂ ਸਰਦਾਰ ਹਰਜੀਤ ਸਿੰਘ, ਮੇਰਾ ਨਾਂ ਸਰਦਾਰ ਮਿਲਖਾ ਸਿੰਘ, ਮੇਰਾ ਨਾਂ ਸਰਦਾਰ ਬਾਗਰ ਸਿੰਘ। ਜਿੱਦਣ ਸਿੰਘ ਸ਼ਬਦ ਕਹੋਗੇ ਨਾ, ਸਿੰਘ ਸ਼ਬਦ, ਉਦਣ ਅਗਲਿਆਂ ਨੂੰ ਪਤਾ ਲੱਗ ਜਾਣਾ ਇਹ ਕੌਮ ਜਿਉਂਦੀ ਹੈ। ਤੁਹਾਡੇ ਚ ਫੈਸ਼ਨ ਹੀ ਇੰਨਾ ਵਾਰ ਦਿੱਤਾ, ਕੌਰ ਕਵਾਂਗੀ ਸ਼ਰਮ ਆਵੇਗੀ, ਸਿੰਘ ਕਵਾਂਗਾ ਤੇ ਸ਼ਰਮ ਆਵੇਗੀ, ਇਹ ਹੈ ਫੈਸ਼ਨ ਪ੍ਰਸਤੀ। ਤੋ ਸਨਮਾਨ ਜੋ ਖਾਲਸਾ ਜੀ ਮੁੱਕ ਦੀ ਗੱਲ। ਉਹ ਬੀਬੀ ਨੇ ਆਖਿਆ, ਕਹਿੰਦੀ, ਮੇਰਾ ਨਾਂ ਤੁਸਾਂ ਮੀਨਾ ਕੁਮਾਰੀ ਤੋਂ ਬਦਲ ਕੇ ਰੱਖਿਆ ਬੀਬੀ ਹਰਸ਼ਰਨ ਕੌਰ। ਜਿੱਦਣ ਮੇਰਾ ਡੋਲਾ ਖੋਹ ਕੇ ਲੈ ਗਿਆ ਸੀ ਨਾ ਮਿਚਨੀ ਦਾ ਪਠਾਨ ਅੱਲਾ ਦਿੱਤਾ, ਤੇ ਮੇਰਾ ਡੋਲਾ ਲਿਆਂਦਾ ਤੁਸੀਂ, ਤੇ ਮੇਰਾ ਪਿਤਾ ਹਰੀ ਸਿੰਘ ਨਲੂਏ ਨੇ ਮੇਰਾ ਨਾਂ ਰੱਖਿਆ ਸੀ ਹਰਸ਼ਰਨ ਕੌਰ। ਤੇ ਬੀਬੀ ਨੇ ਆਖਿਆ, ਇਹ ਚਿੱਠੀ ਲੈ ਕੇ ਮੈਂ ਜਾਵਾਂਗੀ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਲੈ ਕੇ, ਕਹਿੰਦੀ ਚਿੱਠੀ ਮੈਂ ਪਹੁੰਚਾਵਾਂਗੀ। ਹਰਸ਼ਰਨ ਕੌਰ ਨੇ ਆਖਿਆ, ਖਾਲਸਾ ਜੀ ਇਹ ਸੇਵਾ ਨੂੰ ਤੋੜਨ ਪਾਵਾਂਗੀ ਮੈਂ। ਧੰਨ ਧੰਨ ਦਰਬਾਰ ਵਿੱਚ ਹੋਣ ਲੱਗੀ ਜਦੋਂ ਆਖਿਆ ਚਿੱਠੀ ਪਹੁੰਚਾਵਾਂਗੀ ਮੈਂ, ਪੋਸ਼ ਤੀਨ ਚਾਹੀਏ ਇੱਕ ਜੱਤ ਵਾਲਾ ਉਹ ਪਾ ਕੇ ਭੇਸ ਵਟਾਵਾਂਗੀ ਮੈਂ। ਸਿੰਘ ਆਖਿਆ,
ਤੇਰੇ ਪਹੁੰਚਣ ਦਾ ਕਿਵੇਂ ਪਤਾ ਲੱਗੂ? ਉਹ ਕਹਿੰਦੀ ਪਹੁੰਚ ਗਈ ਤੇ ਤੋਪ ਚਲਾਵਾਂਗੀ ਮੈਂ। ਕਹਿੰਦੀ ਜਦੋਂ ਮੈਂ ਪਹੁੰਚ ਗਈ ਨਾ ਪਿਸ਼ਾਵਰ ਦੇ ਕਿਲੇ ਵਿੱਚ, ਫਿਰ ਮੈਂ ਤੋਪ ਦੇ ਗੋਲੇ ਨੂੰ ਦਵਾਂਗੀ ਅੱਗ। ਜਦੋਂ ਤੋਪ ਦੇ ਗੋਲੇ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪੈ ਗਈ, ਉਦੋਂ ਸਮਝ ਲਿਓ ਪੰਥ ਦੀ ਬੱਚੀ, ਪੰਥ ਦੀ ਧੀ ਹਰੀ ਸਿੰਘ ਨਲੂਏ ਕੋਲ ਪਹੁੰਚ ਗਈ। ਫਰੀਦੀਆਂ ਵਾਲਾ ਬਣਾਇਆ ਪੇਸ, ਚਿੱਠੀ ਲੈ ਕੇ ਚੱਲ ਗਈ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ। ਤਿੰਨਾਂ ਮਹੀਨਿਆਂ ਤੋਂ ਬਿਮਾਰ ਪਿਆ ਹਰੀ ਸਿੰਘ ਨਲੂਆ, ਤਿੰਨ ਮਹੀਨੇ ਮੰਜੇ ਤੇ ਪੈ ਨੂੰ ਗਏ ਨੇ। ਦੋ ਸੇਵਾਦਾਰ ਮੋਢਿਆਂ ਤੋਂ ਫੜ ਕੇ ਬਿਠਾਉਂਦੇ ਨੇ, ਉਹ ਵਿਚਾਰੇ ਫੜ ਕੇ ਕਿਰਿਆ ਸਾਧਨ ਜਾਂਦੇ ਨੇ, ਜੰਗਲ ਮੈਦਾਨ ਲੈ ਕੇ ਜਾਂਦੇ ਨੇ, ਤੁਰਿਆ ਜਾਂਦਾ ਨਹੀਂ। ਇੱਕ ਮੱਧਮ ਜੀ ਲੰਪ ਜਗਦੀ ਹੈ ਕਮਰੇ ਦੇ ਵਿੱਚ, ਤੇ ਸਾਹਮਣੇ ਸਰਾਣੇ ਵਾਲੇ ਪਾਸੇ ਕਿੱਲੀ ਦੇ ਨਾਲ ਦੋ ਧਾਰਾ ਖੰਡਾ ਟੰਗਿਆ ਹੋਇਆ, ਤੇ ਜਿਹੜਾ ਬਾਹਰ ਤਬੇਲੇ ਵਿੱਚ ਘੋੜਾ ਬੱਧਾ ਸੀ ਨਾ, ਉਹ ਘੋੜਾ ਵੀ ਤਰਲੇ ਲੈਂਦਾ ਸੀ। ਉਹ ਮੇਰਿਆ ਅਸਵਾਰਾ ਕਿੱਥੇ ਚਲੇ ਗਿਆ? ਤਿੰਨਾਂ ਮਹੀਨਿਆਂ ਤੋਂ ਮੈਨੂੰ ਦਿਖਿਆ ਹੀ ਨਹੀਂ। ਕਿਤੇ ਮੇਰੀ ਕੰਡ ਤੇ ਬਹਿੰਦਾ ਸਾਂ, ਖੈਬਰ ਦੀਆਂ ਪਹਾੜੀਆਂ ਥਰ ਥਰ ਕੰਬਦੀਆਂ ਸਨ। ਉਹ ਕਦੋਂ ਸਮਾਂ ਆਵੇਗਾ ਜਦੋਂ ਪਲਾਕੀ ਮਾਰ ਕੇ ਮੇਰੀ ਕੰਡ ਤੇ ਬਹਿ ਕੇ ਖੈਬਰ ਦੀਆਂ ਪਹਾੜੀਆਂ ਕੰਬਾਵੇਂਗਾ? ਇਧਰੋਂ ਬੀਬੀ ਨੇ ਚਮਕਾਈ ਮੰਜ਼ਲ, ਪਹੁੰਚ ਗਈ ਪਿਸ਼ਾਵਰ ਦੇ ਦਰਵਾਜ਼ੇ ਦੇ ਸਾਹਮਣੇ, ਤੇ ਦਰਬਾਨ ਨੇ ਆਖਿਆ ਆਓ। ਬੀਬੀ ਨੇ ਆਖਿਆ ਮੇਰਾ ਨਾਂ ਬੀਬੀ ਹਰਸ਼ਰਨ ਕੌਰ, ਤੇ ਮੈਂ ਆਪਣੇ ਪਿਤਾ ਸਰਦਾਰ ਹਰੀ ਸਿੰਘ ਨਲੂਏ ਨੂੰ ਮਿਲਣਾ। ਉਹਨੇ ਆਖਿਆ ਕਿਸੇ ਨੂੰ ਇਜਾਜ਼ਤ ਨਹੀਂ। ਬੀਬੀ ਨੇ ਆਖਿਆ ਜਾ ਕੇ ਮੇਰੇ ਬਾਪੂ ਨੂੰ ਕਹਿ ਦੇ ਤੇਰੀ ਧੀ ਆਈ ਹੈ, ਜੇ ਤੇ ਕਵੇ ਤੇ ਮਿਲਣ ਦਵੀ, ਨਹੀਂ ਤੇ ਰਹਿਣ ਦਵੀ। ਦਰਬਾਨ ਨੇ ਪੁੱਛਿਆ, ਹਰੀ ਸਿੰਘ ਨਲੂਏ ਨੇ ਇਸ਼ਾਰਾ ਕੀਤਾ ਮੇਰੀ ਬੱਚੀ ਨੂੰ ਅੰਦਰ ਆਉਣ ਦਿਓ। ਜਦੋਂ ਗਈ ਨਾ ਬੀਬੀ ਅੰਦਰ, ਉਹਨੇ ਕਮਰ ਕੱਸੇ ਚੋਂ ਚਿੱਠੀ ਕੱਢੀ, ਚਿੱਠੀ ਫੜਾਈ, ਉੱਤੇ ਲਿਖਿਆ ਸੀ ਹਰੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ, ਤੁਹਾਡਾ ਪੁਰਾਣਾ ਤੋਂ ਪਿਆਰਾ ਕਿਲਾ ਜਿਹਦਾ ਤੁਸੀਂ ਨਾਮ ਰੱਖਿਆ ਬਾਬਾ ਫਤਿਹ ਸਿੰਘ ਜੀ ਦੇ ਨਾਮ ਦੇ ਉੱਪਰ, ਉਹਦੀ ਇੱਕ ਦੀਵਾਰ ਢਹਿ ਚੁੱਕੀ ਹੈ। ਪੂਰਾ ਇੱਕ ਦਿਨ ਹੋ ਗਿਆ ਤੋਪਾਂ ਦੇ ਗੋਲੇ ਦਣ ਦਣਾ ਰਹੇ ਨੇ, ਜਦੋਂ ਤੱਕ ਮੈਂ ਜਿਉਂਦਾ ਉਦੋਂ ਤੱਕ ਮੈਂ ਕਿਲਾ ਬਚਾਵਾਂਗਾ, ਜਦੋਂ ਮੈਂ ਮਰ ਗਿਆ ਉਦੋਂ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਜਦੋਂ ਇੰਨੀ ਗੱਲ ਕਹੀ, ਚਿੱਠੀ ਪੜ੍ਹਦਿਆਂ ਪੜ੍ਹਦਿਆਂ ਜਥੇਦਾਰ ਨੂੰ ਜੋਸ਼ ਆਇਆ, ਉਹਨੇ ਹਿਆਂ ਨੂੰ ਹੱਥ ਨਹੀਂ ਪਾਇਆ, ਅੱਗੇ ਹਿਆਂ ਨੂੰ ਹੱਥ ਪਾ ਕੇ ਉੱਠਦਾ ਸੀ, ਅੱਜ ਛਾਲ ਮਾਰ ਕੇ ਸਰਦਾਰ ਹਰੀ ਸਿੰਘ ਨਲੂਆ ਉੱਠਿਆ। ਵੈਦਾਂ ਨੇ ਗੁੱਟ ਪਕੜ ਲੈ, ਜਥੇਦਾਰ ਜੀ ਕਿੱਧਰ ਦਾ ਚਾਲਾ, ਤੁਹਾਡੀ ਜ਼ਿੰਦਗੀ ਦੀ ਬੜੀ ਲੋੜ ਹੈ ਕੌਮ ਨੂੰ। ਹਰੀ ਸਿੰਘ ਨਲੂਏ ਨੇ ਆਖਿਆ ਕੌਮ ਨੂੰ ਜ਼ਿੰਦਗੀ ਤੇ ਦੇਣ ਵਾਸਤੇ ਚੱਲਿਆ। ਹਕੀਮਾਂ ਨੇ ਆਖਿਆ, ਕਹਿੰਦੇ ਜਥੇਦਾਰ ਸਾਹਿਬ ਜੇ ਤੁਹਾਨੂੰ ਕੁਝ ਹੋ ਗਿਆ ਤੇ ਸ਼ੇਰੇ ਪੰਜਾਬ ਸਾਨੂੰ ਨਹੀਂ ਛੱਡੇਗਾ। ਹਰੀ ਸਿੰਘ ਨਲੂਏ ਨੇ ਆਖਿਆ ਵੈਦ ਇੱਕ ਗੱਲ ਲਿਖ ਕੇ ਦੇ ਦੇ ਵੀ ਮੈਨੂੰ ਮੰਜੇ ਤੇ ਪੈ ਨੂੰ ਮੌਤ ਨਹੀਂ ਆਵੇਗੀ। ਹਕੀਮ ਨੇ ਆਖਿਆ ਮੌਤ ਤੇ ਆਉਣੀ ਆਉਣੀ ਹੈ। ਹਰੀ ਸਿੰਘ ਨਲੂਏ ਨੇ ਆਖਿਆ ਫਿਰ ਮੈਂ ਮੰਜੇ ਤੇ ਕਿਵੇਂ ਪੈ ਕੇ ਮਰ ਜਾਵਾਂ? ਜੇ ਮੌਤ ਆਉਣੀ ਹੈ ਤੇ ਮੰਜੇ ਤੇ ਪੈ ਕੇ ਕਿਵੇਂ ਮਰ ਜਾਵਾਂ? ਮੈਂ ਮਰਾਂਗਾ ਮੈਦਾਨੇ ਜੰਗ ਵਿੱਚ ਜਾ ਕੇ। ਲਓ ਜੀ, ਇੱਕ ਸੇਵਾਦਾਰ ਨੂੰ ਕੀਤਾ ਹੁਕਮ, ਉਹਨੇ ਦੋ ਧਾਰਾ ਖੰਡਾ ਦੀਵਾਰ ਤੋਂ ਲਾ ਕੇ ਤਿੰਨਾਂ ਮਹੀਨਿਆਂ ਦਾ ਟੰਗਿਆ ਸੀਗਾ ਉਹ ਦੇ ਦਿੱਤਾ ਜਥੇਦਾਰ ਦੇ ਹੱਥ ਵਿੱਚ, ਘੋੜਾ ਕਰਕੇ ਤਿਆਰ ਲਿਆਂਦਾ ਗਿਆ। ਇਧਰੋਂ ਜਥੇਦਾਰ ਨੇ ਜਦੋਂ ਰੱਖਿਆ ਨਾ ਰਕਾਬ ਤੇ ਪੈਰ, ਮਾਨੋ ਬਾਪੂ ਸੀਤਲ ਜੀ ਲਾਗੇ ਖਲੋਤੇ ਹੋਣ, ਇਧਰੋਂ ਹਰੀ ਸਿੰਘ ਨਲੂਏ ਨੇ ਰਕਾਬ ਤੇ ਰੱਖਿਆ ਪੈਰ, ਉਧਰੋਂ ਬਾਪੂ ਜੀ ਨੇ ਲਿਖਿਆ
ਤੇ ਚੜਿਆ, ਉਹਨੇ ਦੋ ਤਾਰਾ ਫੌਲਾਦ ਦਾ ਹੱਥ ਖੰਡਾ ਫੜਿਆ, ਜਿਸ ਨੂੰ ਕਰ ਕਰ ਮਿਹਨਤਾਂ ਉਸਤਾਦਾਂ ਘੜਿਆ, ਉਹਦੀ ਪਾਣ ਬੁਝਾਈ ਜ਼ਹਿਰ ਵਿੱਚ ਰਤ ਮੰਗੇ ਸੜਿਆ, ਉਹਨੇ ਇੱਕ ਤੋਂ ਦੋ ਕਰ ਛੱਡਿਆ ਜੋ ਅੱਗੇ ਅੜਿਆ। ਉਹ ਦੋ ਤਾਰਾ ਖੰਡਾ ਲਿਆ ਫੜ। ਸਰਦਾਰ ਨਿਧਾਨ ਸਿੰਘ ਪੰਜ ਹੱਥੇ ਨੇ ਆਖਿਆ ਵੀ ਕਿੱਧਰ ਨੂੰ ਤਿਆਰੀਆਂ। ਇੱਥੇ ਇਤਿਹਾਸ ਵਿੱਚੋਂ ਦੋ ਪੱਖ ਮਿਲਦੇ ਨੇ। ਬਾਬਾ ਜੀ ਬੈਠੇ ਨੇ, ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ, ਇਹਨਾਂ ਨੂੰ ਬੋਲਿਆਂ ਦਾ ਪਤਾ ਨਿਹੰਗ ਸਿੰਘਾਂ ਦਾ। ਮੇਰੇ ਤੋਂ ਬਾਅਦ ਗਿਆਨੀ ਸੁਖਬੀਰ ਸਿੰਘ ਜੀ ਆ ਰਹੇ ਨੇ। ਇਹ ਸਾਰਾ ਜਥਾ ਮੇਰਾ ਆਪਣਾ ਸਾਡਾ ਘਰ ਦਾ ਜਥਾ ਹੈ। ਇਹ ਬੇਸ਼ੱਕ ਅਸੀਂ ਸਰੀਰ ਆਠਾਂ ਪਰ ਜਿੰਦ ਜਾਨ ਸਾਡੀ ਕੋਈ ਹੈ। ਜਿੱਥੇ ਇਹ ਹੁਣ ਉੱਥੇ ਸਾਨੂੰ ਚਾਰ ਚੜ ਜਾਂਦਾ ਹੈ, ਜਿੱਥੇ ਅਸੀਂ ਹੋਈਏ ਇੱਥੇ ਇਹਨਾਂ ਨੂੰ ਚਾਰ ਚੜ ਜਾਂਦਾ ਹੈ। ਇਹੀ ਤੇ ਪਿਆਰ ਹੈ, ਇਹੋ ਹੈ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗਰੀਬ ਨਵਾਜ ਮਹਾਰਾਜ ਕਿਰਪਾ ਕਰੇ ਬੜੀ ਬੇਬਾਕੀ ਦੇ ਨਾਲ, ਨਿਤੜਕਤਾ ਦੇ ਨਾਲ ਸਟੇਜ ਤੇ ਸੱਚ ਕਹਿੰਦੇ ਨੇ। ਮੈਂ ਇਹਨਾਂ ਚਾਰੇ ਵੀਰਾਂ ਦੀ ਚੜ੍ਹਦੀ ਕਲਾ ਦੀ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਮਹਾਰਾਜ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ। ਇਹ ਮੇਰੀ ਕੌਮ ਦਾ ਆਉਣ ਵਾਲਾ ਭਵਿੱਖ ਹੈ। ਇੱਕ ਵਾਰੀ ਉਚਾਰਨ ਕਰੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਮਿੰਟ ਮੇਰੇ ਕੋਲੋਂ ਰਹਿ ਗਏ ਨੇ ਅੱਠ, ਤੇ ਮੈਂ ਇੱਕੋ ਹੀ ਚੀਜ਼ ਕਹਿ ਕੇ ਤੇ ਖਿਮਾ ਲੈਣੀ ਮੰਗ। ਹਰੀ ਸਿੰਘ ਨੜੂਗਾ ਬੈਠਾ ਘੋੜੇ ਤੇ ਲਾਗੇ ਆ ਗਿਆ ਨਿਧਾਨ ਸਿੰਘ ਪੰਜ ਹੱਥਾਂ। ਇੱਥੇ ਪੰਜ ਹੱਥਾਂ ਕਿਉਂ ਕਹਿੰਦੇ? ਬਾਬਾ ਪ੍ਰੇਮ ਸਿੰਘ ਜੀ ਲਿਖਦੇ ਨੇ ਭਈ ਇਹ ਇੱਕ ਮੈਦਾਨ ਵਿੱਚੋਂ ਪਠਾਣਾ ਦੇ ਕੋਲੋਂ ਪੰਜ ਤੋਪਾਂ ਖੋ ਕੇ ਲੈ ਆਇਆ ਸੀ, ਪੰਜਾਂ ਪਠਾਣਾ ਦੇ ਸਿਰ ਵੜ ਦਿੱਤੇ, ਇਹਨੂੰ ਤਾਂ ਕਹਿੰਦੇ ਪੰਜ ਹੱਥਾਂ। ਤੇ ਦੂਜੇ ਇਤਿਹਾਸਕਾਰ ਲਿਖਦੇ ਨੇ ਇਹਨਾਂ ਦਾ ਲੜਦਿਆਂ ਲੜਦਿਆਂ ਇੱਕ ਹੱਥ ਹੋ ਗਿਆ ਸ਼ਹੀਦ, ਤੇ ਜਿਹਦਾ ਹੱਥ ਸ਼ਹੀਦ ਹੋਵੇ ਨਿਹੰਗ ਸਿੰਘ ਨੂੰ ਟੁੰਡਾ ਨਹੀਂ ਕਹਿੰਦੇ, ਉਹਨੂੰ ਕਹਿੰਦੇ ਪੰਜ ਹੱਥਾਂ। ਜਿਹਦੀ ਅੱਖਾਂ ਦੀ ਰੋਸ਼ਨੀ ਚੱਲ ਜਾਵੇ ਨਾ ਉਹਨੂੰ ਅੰਨਾ ਨਹੀਂ ਕਹਿੰਦੇ, ਉਹਨੂੰ ਕਹਿੰਦੇ ਸੁਜਾਖਾ ਸਿੰਘ। ਜਿਹਨੂੰ ਕੰਨਾਂ ਤੋਂ ਸੁਣੇ ਨਾ ਉਹਨੂੰ ਬੋਲਾ ਨਹੀਂ ਕਹਿੰਦੇ, ਉਹਨੂੰ ਕਹਿੰਦੇ ਚਵਾਰੇ ਚੜਿਆ। ਢਿੱਡ ਨੂੰ ਕਹਿੰਦੇ ਚਾਹ ਫੂਕਣੀ, ਚਾਹ ਨੂੰ ਕਹਿੰਦੇ ਨੇ ਢਿੱਡ ਫੂਕਣੀ, ਤੇ ਇੰਜਨ ਨੂੰ ਕਹਿੰਦੇ ਨੇ ਤੇਜਾ ਸਿੰਘ, ਰਜਾਈ ਨੂੰ ਕਹਿੰਦੇ ਅਫਲਾਤੂਨ, ਤੇ ਬਤਾਊ ਨੂੰ ਕਹਿੰਦੇ ਬਟੇਰਾ। ਸਨਮਾਨ ਜੋ ਖਾਲਸਾ ਜੀ, ਇਹ ਨਿਹੰਗ ਸਿੰਘਾਂ ਦੇ ਬੋਲੇ। ਇੱਕ ਸਿੰਘ ਆਉਂਦਾ ਸੀ, ਦੂਜਾ ਕਹਿੰਦਾ ਸੀ ਕਿੰਨੇ ਆਏ, ਉਹ ਕਹਿੰਦਾ ਸੀ ਸਵਾ ਲੱਖ, ਤੇ ਲਾਗੇ ਬੈਠਾ ਵੈਰੀ ਡਰ ਜਾਂਦਾ ਸੀ, ਜਿੱਥੇ ਸਵਾ ਸਵਾ ਲੱਖ ਉਤਰਨ ਡਏ ਨੇ ਇਹ ਤੇ ਬੇੜੇ ਗਰਕ ਕਰਕੇ ਰੱਖ ਦੇਣਗੇ ਸਾਡੇ। ਦੋ ਆਉਂਦੇ ਸੀ ਕਹਿੰਦੇ ਕਿੰਨੇ? ਕਹਿੰਦੇ ਢਾਈ ਲੱਖ, ਤੇ ਚਾਰ ਆਉਂਦੇ ਸੀ ਕਿੰਨੇ? ਕਹਿੰਦੇ ਪੰਜ ਲੱਖ। ਉਦੋਂ ਚੜ੍ਹਦੀ ਕਲਾ ਦੇ ਬੋਲੇ ਤੇ ਪੰਥ ਵੀ ਚੜ੍ਹਦੀ ਕਲਾ 'ਚ ਸੀਗਾ। ਗਰੀਬ ਨਵਾਜ ਮਹਾਰਾਜ ਕਿਰਪਾ ਕਰੇ, ਅੱਜ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੀ ਉਹ ਤਕੜੇ ਹੋਵੋ। ਸਨਮਾਨ ਜੋ ਖਾਲਸਾ ਜੀ ਲਓ, ਨਿਧਾਨ ਸਿੰਘ ਪੰਜ ਹੱਥਾਂ, ਸਰਦਾਰ ਉੱਤਮ ਸਿੰਘ, ਸਰਦਾਰ ਹਰੀ ਸਿੰਘ ਨਲੂਆ। ਛੱਡ ਕੇ ਜਕਾਰੇ ਤੇ ਪਹੁੰਚ ਗਏ ਬੁਰਜ ਹਰੀ ਸਿੰਘ ਦੇ ਕੋਲ, ਉਹਦੇ ਤੋਂ ਗਾੜੀ ਮੈਦਾਨ ਰਹਿ ਗਿਆ ਛੇ ਕੋ, ਤੇ ਹਰੀ ਸਿੰਘ ਨਲੂਏ ਨੂੰ ਪਤਾ ਸੀ ਸਾਹਮਣੇ ਤੋਪਾਂ ਪੀੜੀਆਂ ਨੇ, ਤੇ ਤੋਪਾਂ ਨੇ ਲਿਹਾਜ਼ ਨਹੀਂ ਕਰਨਾ। ਅੱਜ ਹਰੀ ਸਿੰਘ ਨਲੂਆ ਮਰ ਜਾਵੇ, 20 ਵਾਰੀ ਮਰ ਜਾਵੇ, ਪਰ ਮੇਰੇ ਨਾਲ ਦੇ ਸਿੰਘ ਸ਼ਹੀਦ ਨਹੀਂ ਹੋਣੇ ਚਾਹੀਦੇ। ਨਿਧਾਨ ਸਿੰਘ ਨੂੰ ਆਖਿਆ, ਨਿਧਾਨ ਸਿਆ ਤੈਨੂੰ ਪਤਾ ਮੈਂ ਠੀਕ ਨਹੀਂ, 3 ਮਹੀਨਿਆਂ ਦਾ ਮੈਂ ਮੰਜੇ ਤੇ ਪਿਆ, ਤੇ ਮੈਨੂੰ ਪਤਾ ਲੱਗਾ ਵੀ ਸੱਜੀ ਬਾਈ ਬਹੁਤ ਮੌਜੂਦ ਹੈ, ਇਹਨਾਂ ਦੀ ਮਜ਼ਬੂਤ ਹੈ, ਤੂੰ ਇੱਧਰ ਨੂੰ ਹੋ। ਅਮਰ ਸਿੰਘ ਫੁਰਦ ਮਜੀਠੇ ਵਾਲੇ ਨੂੰ ਆਖਿਆ, ਤੂੰ ਖੱਬੇ ਪਾਸੇ ਹੋ, ਤੇ ਸਾਹਮਣੇ ਹਮਲਾ ਕੌਣ ਕਰੇਗਾ? ਹਰੀ ਸਿੰਘ ਨਲੂਏ ਨੇ ਆਖਿਆ, ਮੈਂ। ਇਹ ਹੁੰਦਾ ਕੌਮ ਦਾ ਜਥੇਦਾਰ, ਅੱਜ ਦਾ ਹੁੰਦਾ ਤੇ ਕਹਿੰਦਾ ਵੀ ਪੀਏ ਸਾਹਿਬ ਤੁਸੀਂ ਗਾ, ਉਹ 5-7 ਬੰਦੇ ਲੈ ਕੇ, ਤੇ ਮੈਂ ਵੇਖੂੰਗਾ ਜੇ ਦਾਲ ਲੱਗ ਕੇ ਆ ਤੇ ਆਊਂਗਾ, ਤੇ ਨਹੀਂ ਤੇ ਮੈਨੂੰ ਦਫ਼ਤਰ ਆਣ ਕੇ ਮਿਲ ਲਿਓ ਸ਼ਾਮਾਂ ਨੂੰ 4 ਵਜੇ।
ਉਹ ਸੀ ਕੌਮ ਦਾ ਜਥੇਦਾਰ। ਉਹਨੇ ਆਖਿਆ ਮੈਂ ਕੌਮ ਨੀ ਮਰਨ ਦੇਣੀ, ਅੱਜ ਆਪ ਭਾਵੇਂ ਮਰ ਜਾਵਾਂ। ਲਓ ਜੀ ਮੁੱਕ ਦੀ ਗੱਲ, ਚੜਿਆ 30 ਅਪ੍ਰੈਲ ਦਾ ਦਿਨ, ਤੇ ਜਦੋਂ ਛੱਡਿਆ ਜੈਕਾਰਾ, ਮੁਹੰਮਦ ਅਕਬਰ ਖਾਨ ਨੇ ਨਾ ਆਪਣੇ ਚਾਚੇ ਸ਼ਮੀ ਖਾਨ ਨੂੰ ਪੁੱਛਿਆ, ਕਹਿੰਦਾ ਇਹ ਆਵਾਜ਼ ਕੈਸੀ ਹੈ? ਇਹ ਕਹਿੰਦਾ ਇਹ ਆਵਾਜ਼ ਉਸੇ ਦੀ ਜਿੰਨੇ ਸਾਡੇ ਕੱਖ ਚੁਣਨੇ ਨੇ, ਇਹ ਆਵਾਜ਼ ਉਹਦੀ ਹੈ ਜਿੰਨੇ ਸਾਡੀਆਂ ਨਾਸਾਂ ਥਾਣੀ ਧੂੰਆਂ ਕੱਢਣਾ, ਇਹ ਆਵਾਜ਼ ਉਹਦੀ ਹੈ ਜਿੰਨੇ ਸਾਡੇ ਪੈਰਾਂ ਥੱਲੇ ਮਿੱਟੀ ਕੱਢ ਦੇਣੀ। ਉਹ ਕਹਿੰਦਾ ਫਿਰ ਵੀ, ਕਹਿੰਦਾ ਹਰੀ ਸਿੰਘ ਨਲਵੀਏ ਦੀ ਆਵਾਜ਼ ਤੁਹਾਡੀਆਂ ਤੇ ਆਵਾਜ਼ਾਂ ਤੋਂ ਵੀ ਅਫਗਾਨਿਸਤਾਨ ਕੰਬਦਾ ਸੀ। ਲਓ ਜੀ ਮੁੱਕਦੀ ਗੱਲ ਮਕਾਵਾਂ, ਲੜਾਈ ਹੋ ਰਹੀ ਹੈ ਗਾ ਗੱਚ, ਤੇ ਸ਼ਮੀ ਖਾਨ ਨੇ ਖਲੋਤੇ ਨੇ ਆਖਿਆ ਹਰੀ ਸਿੰਘ ਜਵਾਕਾਂ ਨਾਲ ਲੜਦਾ ਚੰਗਾ ਨਹੀਂ ਲੱਗਦਾ, ਮੇਰੇ ਨਾਲ ਟੱਕਰ ਲੈ। ਹਰੀ ਸਿੰਘ ਨਲਵੀਏ ਨੇ ਆਖਿਆ ਵੀ ਇਹ ਪਤਾ ਨਹੀਂ ਮੇਰੀ ਜ਼ਿੰਦਗੀ ਦਾ ਆਖਰੀ ਯੁੱਧ ਆ, ਤੇ ਤੂੰ ਨਿਆਣੇ ਵੀ ਤੇਰੇ ਘਰੇ ਡੀਕਦੇ ਹੋਣਗੇ, ਬੜੀਆਂ ਸੁੱਖਣਾ ਸੁੱਖ ਕੇ ਆਇਆ ਹੋਵੇਗਾ, ਤੈਨੂੰ ਲਾਲਚ ਵੀ ਦਿੱਤਾ ਹੋਵੇਗਾ ਵੀ ਕੁਰਸੀ ਕਰਸੀ ਮਿਲਣੀ ਹੈ। ਇਸ ਕਰਕੇ ਸੱਜਣਾ, ਅੱਜ ਤੱਕ ਮੇਰੇ ਦੋ ਤਾਰੇ ਖੰਡੇ ਦੇ ਕੋਲੋਂ ਬਚਿਆ ਤੇ ਕੋਈ ਹੈ ਨਹੀਂ, ਪਰ ਸ਼ਾਇਦ ਮੇਰਾ ਜ਼ਿੰਦਗੀ ਦਾ ਆਖਰੀ ਯੁੱਧ ਹੋਵੇ, ਤੈਨੂੰ ਇੱਕ ਆਫਰ ਲੱਗਾ ਦੇਣ। ਆਫਰ ਉਹ ਆਫਰ ਉਹ ਤਿੰਨ ਵਾਰ ਹਰੀ ਸਿੰਘ ਨਲੂਏ ਤੇ ਲੈ ਕਰ, ਮੁੜ ਕੇ ਚੌਥਾ ਵਾਰ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਤੇਰੇ ਤੇ ਕਰਨਾ, ਤੇ ਜੇ ਗਿਓ ਨਾ ਵਾਰ ਮੇਰੇ ਤੋਂ ਬਚ, ਫਿਰ ਜਮਰੌਦ ਤੇਰਾ, ਪਿਸ਼ਾਵਰ ਤੇਰਾ, ਲਾਹੌਰ ਤੇਰਾ, ਕਸੂਰ ਤੇਰਾ, ਫਿਰ ਸਾਰਾ ਕੁਝ ਕੰਨਿਆ ਕੁਮਾਰੀ ਤੱਕ ਤੇਰਾ ਹੋਵੇਗਾ, ਜੇ ਨਾ ਬਚਿਓ ਤੇ ਫਿਰ ਉਹ ਜਾਣੇ। ਸ਼ਮੀ ਖਾਨ ਨੂੰ ਇਹ ਸੀ ਵੀ ਮੈਂ ਤਿੰਨ ਕਰਨੇ, ਹਰੀ ਸਿੰਘ ਨਲੂਏ ਨੂੰ ਲੈ ਕੇ ਬਹਿ ਜੂ, ਇਹਨੇ ਕਰਨਾ ਇੱਕ, ਇਹਦੇ ਤੋਂ ਤਾਂ ਮੈਂ ਜਾਣਾ ਬਚ। ਸਨਮਾਨ ਜੋ ਖਰਸਾ ਜੀ, ਸ਼ਮੀ ਖਾਨ ਨੇ ਪਹਿਲਾ ਵਾਰ ਕੀਤਾ, ਹਰੀ ਸਿੰਘ ਨਲੂਏ ਨੇ ਰੋਕਿਆ, ਇਹਨੇ ਦੂਜਾ ਵਾਰ ਕੀਤਾ ਉਹ ਵੀ ਰੋਕਿਆ, ਜਦੋਂ ਰਹਿ ਗਿਆ ਨਾ ਇੱਕੋ ਹੀ ਵਾਰ ਜੀ, ਕਿਤੇ ਪੇਚੇ ਪਏ ਉਹਨਾਂ, ਕਿਤੇ ਗੋਲੀ ਚੱਲਦੀ ਹੋਵੇ ਤੇ ਰਿਵਾਲਵਰ ਵਿੱਚ ਇੱਕੋ ਗੋਲੀ ਰਹਿ ਜੇ, ਫਿਰ ਬੰਦਾ ਸੰਭਲ ਕੇ ਚਲਾਉਂਦਾ ਵੀ ਜੇ ਇਹ ਵੀ ਖਾਲੀ ਚੱਲ ਗਈ ਤੇ ਬਗਾਨਿਆਂ ਮੋਰਾਂ ਵੜੀਆਂ ਭੰਨਣੀਆਂ। ਉਹਨੂੰ ਇਹ ਸੀ ਵੀ ਇੱਕੋ ਵਾਰ ਰਹਿ ਗਿਆ, ਜੇ ਇਹ ਵੀ ਖਾਲੀ ਗਿਆ ਚਲੇ ਤੇ ਹੋ ਸਕਦਾ ਹਰੀ ਸਿੰਘ ਨਲੂਆ ਮੇਰਾ ਖੁਤਬਾ ਪੜ ਦੇਵੇ। ਉਹਨੇ ਬੜਾ ਤਾਲ ਆ ਕੇ ਛੱਡਿਆ ਵਾਰ, ਉਹ ਵੀ ਹਰੀ ਸਿੰਘ ਨਲੂਏ ਨੇ ਲਿਆ ਰੋਕ। ਹੁਣ ਵਾਰੀ ਆ ਗਈ ਹਰੀ ਸਿੰਘ ਨਲੂਏ ਦੀ, ਉਹਨੇ ਸੂਤ ਕੇ ਦੋ ਤਾਰਾ ਖੰਡਾ ਕੀ
ਸ਼ੇਰ ਦੀ ਬੋਲੇ ਪਬਕਾ ਕੇ ਲੋ ਆਈ ਜੇ ਰੋਕਿਓ ਕੋਈ ਚਾਰਾ ਲਾ ਕੇ ਛਿਣਕੀ ਚੰਡੀ ਸਿੰਘ ਨੇ ਜਰਾ ਹੱਥ ਹਿਲਾ ਕੇ ਘੋੜੇ ਉੱਤੋਂ ਸੁੱਟ ਲਿਆ ਥੱਲੇ ਪਟਕਾ ਕੇ ਕੀਤਾ ਵਾਰ। ਇੱਥੇ ਬਾਪੂ ਸੀਤਲ ਜੀ ਨਾ ਜੋਸ਼ ਦੀ ਗੱਲ ਨਹੀਂ ਕਰਦੇ ਵੀ ਜ਼ੋਰ ਨਾ ਮਾਰੀ, ਉਹ ਕਹਿੰਦੇ ਛਿਣਕੀ, ਛਿਣਕਣ ਦਾ ਮਤਲਬ ਹੁੰਦਾ ਵੀ ਵਿਸਰ ਭੋਲ। ਜਦੋਂ ਹਰੀ ਸਿੰਘ ਨਲੂਏ ਨੇ ਕੀਤਾ ਵਾਰ, ਇਤਿਹਾਸਕਾਰ ਲਿਖਦੇ ਦੇ ਖੱਬੇ ਮੋਢੇ ਤੇ ਪਿਆ 6 ਇੰਚ 2 ਤਾਰਾ ਖੰਡਾ ਇਹਦੇ ਮੋਢੇ ਚ ਤਸ ਗਿਆ, ਘੋੜੇ ਤੋਂ ਥੱਲੇ ਡਿੱਗਾ। ਹਰੀ ਸਿੰਘ ਨਲੂਆ ਲੱਗਾ ਦੂਜਾ ਵਾਰ ਕਰਨ, ਇਹ ਪੈਰੀ ਪੈ ਗਿਆ। ਇਹਨੇ ਆਖਿਆ ਸਰਦਾਰਾ ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੇ ਚਰਨਾਂ ਚ ਕੋਈ ਡਿੱਗ ਪਵੇ ਉਹਦੇ ਸਿਰ ਤੇ ਤਾਜ ਰੱਖ ਦਿੰਦੇ ਨੇ, ਮੈਂ ਤੇਰੇ ਕੋਲੋਂ ਤਾਜ ਨਹੀਂ ਮੰਗਦਾ, ਮੈਂ ਜ਼ਿੰਦਗੀ ਦੀ ਭੀਖ ਮੰਗਦਾ, ਮੈਨੂੰ ਮੇਰੀ ਜ਼ਿੰਦਗੀ ਬਖਸ਼ ਦੇ। ਹਰੀ ਸਿੰਘ ਨਲੂਏ ਨੇ ਆਖਿਆ ਮੁੜ ਕੇ ਆਵੇਗਾ ਮੈਦਾਨ ਚ, ਕਹਿੰਦਾ ਮੈਂ ਮੇਰੇ ਪੁੱਤ ਵੀ ਨਹੀਂ ਆਉਣਗੇ, ਮੇਰੇ ਪੋਤਰੇ ਵੀ ਨਹੀਂ ਆਉਣਗੇ, ਇੱਕ ਵਾਰੀ ਜਿਉਂਦਾ ਦੇ ਛੱਡ, ਆਪਣੀ ਘਰਵਾਲੀ ਨੂੰ ਕਵਾਂਗਾ ਪੀੜੀ ਦਰ ਪੀੜੀ ਸਮਝਾ ਕੇ ਜਾਇਓ, ਦਾੜੇ ਵਾਲਾ ਤੇ ਪੱਗ ਵਾਲਾ ਜਿੱਥੇ ਵੇਖੋ ਪੈਰੀ ਪੈ ਜਾਇਓ, ਕਿਤੇ ਗੱਲ ਨਾ ਪਿਓ। ਇਹ ਨਾ ਇਹ ਦੁਸ਼ਮਣ ਪਤਾਲ ਚ ਵੀ ਵੜ ਜਾਵੇ ਤੇ ਖਿੱਚ ਲੈਂਦੇ ਨੇ, ਆਕਾਸ਼ ਤੇ ਚੜੇ ਨੂੰ ਵੀ ਗਿੱਟਿਓਂ ਫਕੜ ਕੇ ਤੋੜ ਲੈਂਦੇ, ਉਹ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹਦੇ ਤੋਂ ਬਾਅਦ ਹਰੀ ਸਿੰਘ ਨਲੂਏ ਦੀ ਸ਼ਹਾਦਤ ਕਿਵੇਂ ਹੋਈ ਉਧਰ ਨੂੰ ਤੁਰ ਗਿਆ, 2 ਚੀਜ਼ਾਂ ਹੋਰ ਨੇ, ਬਹੁਤ ਸਮਾਂ ਲੱਗ ਜਾਵੇਗਾ। ਮੇਰੇ ਤੋਂ ਬਾਅਦ ਸਤਿਕਾਰਿਆ ਹੋਇਆ ਜਥਾ ਕੌਮ ਦਾ ਗਿਆਨੀ ਸੁਖਬੀਰ ਸਿੰਘ ਜੀ ਉਸ ਸਟੇਜ ਤੇ ਪਹੁੰਚ ਗਏ ਨੇ, ਮੈਂ ਆਪਣੇ ਮਜ਼ਮੂਨ ਨੂੰ ਇੱਥੇ ਹੀ ਵਿਰਾਮ ਦਿੰਦਾ ਹੈ। ਇੱਕ ਵਾਰੀ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ, ਕਿੰਨੀਆਂ ਬੇਨਤੀਆਂ ਪ੍ਰਵਾਨ, ਸਮਾਂ ਲਗਾ ਕੇ ਗਏ ਜਥਿਆਂ ਦਾ ਧੰਨਵਾਦ, ਆਉਣ ਵਾਲਿਆਂ ਨੂੰ ਜੀਓ ਆਇਆ। ਸਾਡੇ ਰਿਸ਼ਤੇਦਾਰਾਂ ਦੀ ਦੁਨੀਆ ਵਿੱਚੋਂ ਮੇਰੇ ਭਰਾਤਾ 76 ਸਰਦਾਰ ਹਰਜੀਤ ਸਿੰਘ ਜੀ ਦੇ ਨਾਲ ਬਹੁਤ ਲੰਬਾ ਸਮਾਂ ਰਹਿ ਕੇ ਗੁਰੂ ਰਾਮਦਾਸ ਦੇ ਘਰ ਵਿੱਚ ਸੇਵਾ ਨਿਭਾਉਣ ਵਾਲੇ ਸਰਦਾਰ ਗੁਰਪ੍ਰਤਾਪ ਸਿੰਘ ਜੀ, ਮੈਂ ਉਹਨਾਂ ਦਾ ਧੰਨਵਾਦ ਕਰਦਾ, ਬੜਾ ਪਿਆਰ ਬਖਸ਼ਦੇ ਨੇ ਮਹਾਰਾਜ, ਉਹਨਾਂ ਦੇ ਸਿਰ ਤੇ ਸਦੀਵੀ ਮਿਹਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾਈ ਦਾਤ ਬਖਸ਼ੇ ਇਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।